ਸਾਂਝਾ ਮੁੱਦਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੋਬਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸ ਗਾਇਕ ਦੇ ਨਾਲ ਜੋ ਕਿ ਆਪਣੀ ਗਾਇਕੀ ਦੇ ਵਿੱਚ ਬਹੁਤ ਹੀ ਬਾ ਕਮਾਲ ਹੈ। ਆਪਣੀ ਗਾਇਕੀ ਦੇ ਵਿੱਚ ਬਾ ਕਮਾਲ ਹੋਣ ਦੇ ਬਾਵਜੂਦ ਵੀ ਉਹ ਆਪਣੇ ਪਰਿਵਾਰ ਨੂੰ ਪਾਲਣ ਲਈ ਦਿਹਾੜੀ ਕਰਦਾ ਹੈ ਅਤੇ ਗਲੀਆਂ ਦੇ ਵਿੱਚ LED ਬੱਲਬ ਵੇਚਦਾ ਹੈ। LED ਬੱਲਬ ਵੇਚ ਕੇ ਹੀ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਉਹ ਚੜਕ ਤੇ ਰੂੜੀ ਕੁੱਟ ਰਹੀਆਂ ਮਟਿਆਰਾਂ ਵੇਖੋ, ਉਹ ਰੰਗ ਬਰੰਗੇ ਖਾਣੇ ਦੇਸ਼ ਗਦਾਰਾਂ ਵੇਖੋ, ਸੜਕ ਤੇ ਰੂੜੀ ਕੁੱਟ ਰਹੀਆਂ ਮਟਿਆਰਾਂ ਵੇਖੋ। ਸ਼ਿਮਲੇ ਦੇ ਵਿੱਚ ਬੱਚੀਆਂ ਸੰਗ ਪਰਿਵਾਰਾਂ ਵੇਖੋ, ਸੜਕ ਤੇ ਰੂੜੀ ਕੁੱਟ ਰਹੀਆਂ ਮਟਿਆਰਾਂ ਵੇਖੋ, ਸੜਕ ਤੇ ਰੂੜੀ ਕੁੱਟ ਰਹੀਆਂ ਮਟਿਆਰਾਂ ਵੇਖੋ। ਹੱਕ ਦੀ ਖੂਨ ਪਸੀਨੇ ਦੀ ਕਮਾਈ ਖਾ ਕੇ ਗੁਜ਼ਾਰਾ ਕਰਾਂ ਚੰਗਾ, ਮੈਂ ਨਹੀਂ ਚਾਹੁੰਦਾ ਮੈਂ ਲੱਚਰਤਾ ਗਾ ਕੇ ਅਤੇ ਆਪਣੇ ਆਪ ਨੂੰ ਫੇਮਸ ਕਰਾਂ। ਇੱਕ ਮੇਰਾ ਦੋਸਤ ਇੱਥੇ ਮੈਡੀਕਲ ਵਾਲਾ ਹੀ, ਆਪਾਂ ਮੈਂ ਉੱਥੋਂ ਜਾ ਕੇ ਆਪਾਂ ਪੁੱਛ ਸਕਦੇ ਹਾਂ ਇਹ ਗੱਲ। ਉਹ ਮੈਨੂੰ ਕਹਿੰਦਾ, ਰਾਣੇ ਤੂੰ ਕਿੱਦਾਂ ਦੇ ਗੀਤ ਬੋਲਦਾ ਯਾਰ,
ਤੂੰ ਕੋਈ ਇੱਦਾਂ ਦਾ ਗੀਤ ਬੋਲ ਜਿਹਦੇ ਨਾਲ ਤੂੰ ਸੁਪਰ ਸਟਾਰ ਹੋ ਜਾਈ। ਉਹ ਮੈਂ ਕਿਹਾ ਭਰਾਵਾ ਮੈਂ ਨਸ਼ੇ ਦਾ ਗੀਤ ਇਸ ਕਰਕੇ ਬੋਲਿਆ ਵਾ ਕਿ ਜੇ 100 ਨੌਜਵਾਨ ਨੇ ਗੀਤ ਸੁਣ ਲਿਆ ਅਤੇ ਇੱਕ ਨੌਜਵਾਨ ਵੀ ਨਸ਼ੇ ਤੋਂ ਹਟ ਗਿਆ ਅਤੇ ਮੈਂ ਸਮਝੂਗਾ ਮੈਂ ਸੁਪਰ ਸਟਾਰ ਬਣ ਗਿਆ ਭਾਅ ਜੀ। ਸਰ ਇੰਨੀ ਵਧੀਆ ਆਵਾਜ਼ ਹੋਣ ਦੇ ਬਾਵਜੂਦ ਵੀ ਤੁਸੀਂ ਗਲੀਆਂ ਦੇ ਵਿੱਚ LED ਬੱਲਬ ਵੇਚ ਰਹੇ ਹੋ, ਦਿਹਾੜੀਦਾਰ ਵਾਲਾ ਕੰਮ ਕਰ ਰਹੇ ਹੋ, ਕੀ ਤੁਹਾਡਾ ਇਹਦੇ ਨਾਲ ਦਿਲ ਨਹੀਂ ਦੁਖਦਾ? ਸਰ ਨਹੀਂ, ਦਿਲ ਮੇਰਾ ਨਹੀਂ ਦੁਖਦਾ। ਕਈ ਵਾਰੀ ਵੀਰ ਕਈ ਮੈਨੂੰ ਸੁਣ ਲਾ ਪੈਂਦੇ ਨੇ ਪਿੰਡਾਂ 'ਚ ਖੜ ਕੇ, ਗੁਰਦੁਆਰਾ ਸਾਹਿਬ ਦੇ ਵਿੱਚ ਕਈ ਧਾਰਮਿਕ ਗੀਤ ਮੇਰੇ ਤੋਂ ਸੁਣਦੇ ਆ ਬਾਬੇ, ਮੈਨੂੰ ਬਹੁਤ ਪਿਆਰ ਕਰਦੇ, ਫਿਰ ਮੈਨੂੰ ਬਹੁਤ ਮਜ਼ਾ ਆਉਂਦਾ ਵਾ। ਇਹ ਉਹ ਫਨਕਾਰ ਹੈ ਜਿਸ ਦੀ ਵੋਇਸ ਆਫ ਪੰਜਾਬ ਦੇ ਵਿੱਚ ਸੁਰਿੰਦਰ ਸ਼ਿੰਦਾ ਵਰਗੇ ਫਨਕਾਰਾਂ ਨੇ ਵੀ ਵਾਹਵਾ ਕੀਤੀ ਹੈ। ਆਓ ਆਪਾਂ ਕਰਦੇ ਹਾਂ ਗੱਲਬਾਤ ਗੁਰਬੀਰ ਰਾਣਾ ਜੀ ਦੇ ਨਾਲ ਅਤੇ ਕਰਦੇ ਹਾਂ ਉਹਨਾਂ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਤਹਿ ਦਿਲੋਂ ਧੰਨਵਾਦ ਸਾਡੇ ਵੀਰਾਂ ਦਾ, ਜੋ ਇਹਨਾਂ ਦੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹੈ। ਮੈਂ ਤੁਹਾਡਾ ਆਪਣਾ ਵੀਰ ਗੁਰਬੀਰ ਰਾਣਾ ਸਾਰੇ ਪੰਜਾਬੀਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਮੇਰਾ ਤਹਿ ਦਿਲੋਂ ਸਲੂਟ ਆ। ਬਹੁਤ ਬਹੁਤ ਮਿਹਰਬਾਨੀ ਵੀਰ ਜੀ। ਮੈਂ ਆਪਣਾ ਜੂਣ ਗੁਜ਼ਾਰਾ ਕਰਨ ਡਿਆ ਵਾਂ ਮਿਹਨਤ ਮਜ਼ਦੂਰੀ ਕਰਕੇ, ਜਿਸ ਤਰ੍ਹਾਂ ਬਾਹਰਲੇ ਦੇਸ਼ਾਂ 'ਚ ਜਾਂ ਜਿੱਥੇ ਵੀ ਬੈਠੇ ਮੇਰੇ ਪੰਜਾਬੀ ਵੀਰ ਜਾਂ ਹਿੰਦੁਸਤਾਨ ਮੇਰੇ ਦੇਸ਼ ਦੇ ਆਪਣਾ ਖੂਨ ਪਸੀਨੇ ਦੇ ਨਾਲ ਇੱਕ ਮੁੱਠ ਹੋ ਕੇ ਪੂਰੀ ਆਪਣੀ ਮਿਹਨਤ ਕਰ ਰਹੇ ਨੇ ਲਗਨ ਦੇ ਨਾਲ, ਉਸ ਤਰ੍ਹਾਂ ਮੈਂ ਵੀ ਆਪਣੀ ਖੂਨ ਪਸੀਨੇ ਦੀ ਕਮਾਈ ਜਿਹੜੀ ਉਹ ਕਮਾ ਰਿਹਾ ਏ। LED ਬੱਲਬ ਵੇਚਦਾ ਵਾਂ, LED ਬੱਲਬ ਵੇਚ ਕੇ ਆਪਣਾ ਗੁਜ਼ਾਰਾ ਕਰ ਰਿਹਾ, ਆਪਣੇ ਬੱਚਿਆਂ ਨੂੰ ਪਾਲ ਰਿਹਾ। ਪਰ ਮੈਨੂੰ ਇਹ ਗੱਲ ਦੀ ਖੁਸ਼ੀ ਆ ਕਿ ਮੈਂ ਜਦੋਂ ਵੀ ਗਾਉਣਾ ਜਾਂ ਕੁਛ ਵੀ ਗਾਵਾਂ ਤਾਂ ਮੇਰੇ ਜਿਹੜੇ ਮੇਰੇ ਨਾਲ ਪਿਆਰ ਕਰਨ ਵਾਲੇ ਮੇਰੇ ਵੀਰ ਪੰਜਾਬੀ, ਮੇਰੀ ਮਾਂ ਬੋਲੀ ਨੂੰ ਸਦਾ ਜਿਉਂਦਾ ਰੱਖਣ ਵਾਲੇ ਮੇਰੇ ਵੀਰ ਮੈਨੂੰ ਬਹੁਤ ਪਿਆਰ ਕਰਦੇ ਨੇ, ਕਿਉਂਕਿ ਮੈਂ ਐਸ਼ ਔਰ ਕਬਾਬ ਵਾਸਤੇ ਨਹੀਂ, ਮੈਂ ਪੰਜਾਬ ਵਾਸਤੇ ਗਾਉਣਾ ਭਾਅ ਜੀ, ਆਪਣੇ ਪੰਜਾਬ ਵਾਸਤੇ ਗਾਉਣਾ, ਐਸ਼ ਕਬਾਬ ਵਾਸਤੇ ਨਹੀਂ। ਸਰ ਕਦੋਂ ਤੋਂ ਲੱਗਾ ਤੁਹਾਨੂੰ ਕਿ ਮੈਂ ਜਿੱਦਾਂ ਗਾ ਸਕਦਾ ਹਾਂ, ਜਿੱਦਾਂ ਮੈਂ ਗਾਉਣਾ ਚਾਹੁੰਦਾ ਹਾਂ ਅੱਗੇ, ਕਿ ਮੈਂ ਕਲਾਕਾਰੀ ਦੇ ਵਿੱਚ ਪੈਣਾ ਚਾਹੁੰਦਾ ਵਾਂ? ਕਿੱਥੋਂ ਤੁਹਾਨੂੰ ਇਹ ਜਿੱਦਾਂ ਆਇਆ ਕਿ ਮੈਂ ਕਰਨਾ ਚਾਹੁੰਦਾ, ਇਹ ਕਲਾਕਾਰੀ ਕਰਨਾ ਚਾਹੁੰਦਾ ਮੈਂ? ਇਹ ਵੀਰ ਜੀ, ਮੈਂ ਸਟਾਰਟਿੰਗ ਤੋਂ ਛੋਟੇ ਹੁੰਦੇ ਬਚਪਨ ਤੋਂ ਹੀ ਮੇਰੇ ਨਾਨਕੇ ਘਰ ਬਹੁਤ ਸੁਣਦੇ ਰਹੇ ਮੈਨੂੰ ਛੋਟੇ ਹੁੰਦੇ ਉਹਨੂੰ ਹੀ, ਅਤੇ ਉਦੋਂ ਤੋਂ ਮੇਰੀ ਲਗਨ ਸੀਗੀ ਮੈਂ ਕੁਛ ਕਰਕੇ ਵਿਖਾਵਾਂ, ਕੋਈ ਮੇਰੇ ਮਾਪਿਆਂ ਦਾ ਨਾਂ, ਕੁਛ ਮੇਰਾ ਨਾਂ ਰੋਸ਼ਨ ਹੋਵੇ, ਮੇਰੇ ਯਾਰ ਮਿੱਤਰ ਜਿਹੜੇ ਹਮੇਸ਼ਾ ਮੈਨੂੰ ਪਿਆਰ ਕਰਨ, ਅਤੇ ਮੈਂ ਉਹਨਾਂ ਲਈ ਕੁਛ ਕਰਕੇ ਵਿਖਾਵਾਂ ਆਪਣੇ ਪਿੰਡ ਲਈ। ਅਤੇ ਉਦੋਂ ਤੋਂ ਫਿਰ ਮੈਂ ਸਟਾਰਟਿੰਗ ਤੋਂ ਬਹੁਤ ਹਿੰਦੀ ਗੀਤ ਵੀ ਬੋਲਦਾ ਰਿਹਾ। ਰਫੀ ਸਾਹਿਬ ਨੂੰ ਪਹਿਲਾਂ ਮੈਂ ਸਟਾਰਟਿੰਗ ਤੋਂ ਗਾਇਆ ਵਾ, ਜ਼ਿੰਦਗੀ 'ਚ ਪਹਿਲੀ ਵਾਰੀ ਮੈਂ ਸਟੇਜ ਦੇ ਉੱਤੇ ਰਫੀ ਸਾਹਿਬ ਨੂੰ ਗਾਇਆ ਸੀਗਾ। ਹੋਰ ਵੀ ਬਹੁਤ ਸਾਰੇ ਗੀਤ ਬੋਲਦਾ ਮੈਂ, ਪਰ ਮੈਂ ਗੀਤ ਹਮੇਸ਼ਾ ਸੋਚਦਾ ਵੀ ਕੋਈ ਸੱਭਿਆਚਾਰ ਨੂੰ ਮੁੱਖ ਰੱਖਦਾ ਗੀਤ ਹੋਵੇ ਜਾਂ ਸਦਾ ਜਿਉਂਦੀ ਰਹਿਣ ਵਾਲੀ ਕੋਈ ਕਲਮ ਹੋਵੇ। ਜਿਹੜੇ ਕੋਈ ਵਧੀਆ ਲਿਖਣ ਵਾਲੇ ਵੀਰ ਮੈਂ ਉਹਨਾਂ ਦੇ ਤਹਿ ਦਿਲੋਂ ਧੰਨਵਾਦ ਕਰਦਾ, ਉਹਨਾਂ ਨੂੰ ਮੈਂ ਸਲੂਟ ਕਰਦਾ ਹਮੇਸ਼ਾ ਹੀ, ਜਿਹੜੇ ਅੱਛੀ ਸੋਚ ਚੰਗੀ ਕਲਮ ਦੇ ਮਾਲਕ ਨੇ। ਕੁਝ ਦੋਸਤਾਂ ਨੇ ਮੈਨੂੰ ਗੀਤ ਵੀ ਦਿੱਤੇ ਨੇ, ਉਹ ਸੁਰਖਪੁਰੀ ਭਾਅ ਜੀ ਸੁਰਖਪੁਰ ਤੋਂ ਗੁਲਾਬ ਸਿੰਘ ਜੀ, ਉਹਨਾਂ ਨੇ ਵੀ ਗੀਤ ਦਿੱਤੇ। ਮੇਰਾ ਛੋਟਾ ਭਰਾ, ਉਹਦੇ ਵੀ ਸੱਭਿਆਚਾਰ ਗੀਤ ਆ ਬਹੁਤ ਵਧੀਆ, ਉਹਦੇ ਵੀ ਗੀਤ ਮੈਂ ਕਈ ਵਾਰੀ ਬੋਲਦਾ ਰਹਿੰਦਾ ਵਾਂ। ਹੋਰ ਇੱਕ ਮੇਰਾ ਵੀਰ ਪਿੰਡ ਵਾਂਦਰਾ ਸਿੰਟੂ ਆ ਮੇਰਾ ਵੀਰ, ਉਹਦੀ ਬਹੁਤ ਅੱਛੀ ਕਲਮ ਦਾ ਗੀਤ ਹੁਣ ਥੋੜ੍ਹੇ ਦਿਨ ਹੋਇਆ ਮੇਰੇ ਕੋਲ ਆਇਆ ਵਾ, ਅਤੇ ਮੈਂ ਸੋਚਦਾ ਵਾਂ ਵੀ ਤੁਹਾਡੇ ਰੂਬਰੂ ਕਰਾਂ ਉਹਦੇ ਦੋ ਵਰਡਿੰਗ। ਭਾਵੇਂ ਲੱਖ ਤਰੱਕੀਆਂ ਕਰਦਾ ਏ, ਹਰ ਦੁੱਖ ਸੀਨੇ ਤੇ ਜਰਦਾ ਏ, ਪਰ ਹੱਕ ਨਹੀਂ ਹੱਕ ਵਿੱਚ ਹੋ ਸਕਦਾ। ਭਗਤ ਸਿਆਂ ਜੋ ਤੂੰ ਸੋਚਦਾ, ਕਦੇ ਪੰਜਾਬ ਨਹੀਂ ਖੋ
ਸਕਦਾ। ਦੇਸ਼ ਨੂੰ ਤੋਰਨ ਵਾਲੇ ਜਿੱਥੇ ਰੱਖਣ ਦਾਤੀ ਜੋੜਾਂ ਤੇ, ਉਹ ਜਿਉਂਦਾ ਬੰਦਾ ਭੁੱਖਾ ਮਰਦਾ ਤੇ ਬੁੱਤਾਂ ਤੇ ਲੱਗਣ ਕਰੋੜਾਂ ਨੇ। ਜਿੱਥੇ ਵੱਡਾ ਛੋਟੇ ਲਈ ਰੋੜਾ ਏ, ਉੱਥੇ ਇਨਸਾਫ ਨਹੀਂ ਖੋ ਸਕਦਾ। ਭਗਤ ਸਿਆਂ ਜੋ ਤੂੰ ਸੋਚਦਾ, ਕਦੇ ਪੰਜਾਬ ਨਹੀਂ ਖੋ ਸਕਦਾ। ਵਾਹ ਸਰ, ਬਹੁਤ ਅੱਛਾ, ਬਹੁਤ ਅੱਛਾ ਲੱਗਾ ਸਰ। ਜਿੱਦਾਂ ਕਿ ਸਰ ਤੁਸੀਂ ਗੱਲ ਕੀਤੀ ਰਫੀ ਸਾਹਿਬ ਦੀ, ਤੁਸੀਂ ਉਹਨਾਂ ਨੂੰ ਸੁਣ ਕੇ ਵੱਡੇ ਹੋਏ ਆ ਜਿੱਦਾਂ ਤੁਸੀਂ ਕਿਹਾ ਆ, ਅਤੇ ਤੁਸੀਂ ਉਹਨਾਂ ਨੂੰ ਕਿੱਦਾਂ, ਕਿਹੜੀ ਗੱਲ ਤੋਂ ਜ਼ਿਆਦਾ ਫੋਲੋ ਕਰਦੇ ਆ ਕਿ ਸਰ ਕਿ ਮੈਂ ਰਫੀ ਸਾਹਿਬ ਦਾ ਫੈਨ ਹਾਂ ਜਾਂ ਉਹਨਾਂ ਦੀ ਗਾਇਕੀ ਦਾ ਫੈਨ ਆ, ਉਹਨਾਂ ਦਾ ਜੋ ਸੁਭਾਅ ਸੀ ਉਹਨਾਂ ਦਾ ਫੈਨ ਆ, ਇੱਦਾਂ ਦੀਆਂ ਗੱਲਾਂ ਬਾਤਾਂ ਕਿਹੜੀਆਂ ਤੁਹਾਨੂੰ ਲੱਗੀਆਂ ਉਹਨਾਂ ਦੇ ਵਿੱਚ ਚੰਗੀਆਂ ਆਈਆਂ ਜਿਹੜੀਆਂ ਤੁਸੀਂ ਰਫੀ ਸਾਹਿਬ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹੋ? ਰਫੀ ਸਾਹਿਬ ਨੂੰ ਤਾਂ ਪਸੰਦ ਕਰਦਾ ਕਿ ਰਫੀ ਸਾਹਿਬ ਇੱਕ ਫੱਕਰ ਕਲਾਕਾਰ ਸੀਗੇ ਜਿਹਨਾਂ ਨੂੰ ਪੂਰਾ ਵਰਲਡ ਹੀ ਲਾਈਕ ਕਰਦਾ ਵਾ, ਅਤੇ ਬਹੁਤ ਸੁਭਾਅ ਵੀ ਉਹਨਾਂ ਦਾ ਬਹੁਤ ਵਧੀਆ ਵਾ, ਖੁਸ਼ ਦੇ ਰਹਿੰਦੇ ਸੀ ਹਮੇਸ਼ਾ ਹੀ, ਅਤੇ ਆਵਾਜ਼ ਵੀ ਉਹਨਾਂ ਦੀ ਇੰਨੀ ਪਿਆਰੀ ਆ ਨਾ ਕਿ ਮੈਂ ਕਈ ਵਾਰ ਬਿਮਾਰ ਵੀ ਹੋਵਾਂ, ਬੁਖਾਰ ਦੇ ਨਾਲ ਪਿਆ ਵੀ ਹੋਵਾਂ, ਅਤੇ ਮੇਰੇ ਕੋਲ ਡੈੱਕ ਹੁੰਦਾ ਸੀ, ਮੈਂ ਡੈੱਕ ਦੇ ਵਿੱਚ ਉਹ ਕੈਸਟ ਲਾ ਲੈਣੀ ਰਫੀ ਸਾਹਿਬ ਦੇ ਗੀਤ, ਫੇਮਸ ਤਕਰੀਬਨ ਮੈਨੂੰ ਜਾ ਯਾਦ ਆ ਕਾਫੀ ਗੀਤ ਜਿਹਨਾਂ ਨੂੰ ਮੈਂ ਬਹੁਤ ਲਾਈਕ ਕਰਦਾ ਵਾਂ। ਅਤੇ ਸਭ ਤੋਂ ਪਹਿਲਾਂ ਮੈਂ ਗੀਤ ਰਫੀ ਸਾਹਿਬ ਦਾ ਉਹ ਬੋਲਿਆ ਸੀ ਜੋ ਰਜੇਸ਼ ਖਾਨੇ ਦੀ ਫਿਲਮ ਸੀ ਹਾਥੀ ਮੇਰੇ ਸਾਥੀ ਦੇ ਵਿੱਚ, ਬਹੁਤ ਜ਼ਿਆਦਾ ਫੇਮਸ ਗੀਤ ਉਹਨਾਂ ਦਾ, ਨਫ਼ਰਤ ਕੀ ਦੁਨੀਆ ਕੋ ਛੋੜ ਕੇ ਖੁਸ਼ ਰਹਿਣਾ ਮੇਰੇ ਯਾਰ। ਦੋ ਲਾਈਨਾਂ ਹੋ ਜਾਣ ਸਰ ਉਹਨਾਂ ਦੀਆਂ? ਹਾਂਜੀ। ਨਫ਼ਰਤ ਕੀ ਦੁਨੀਆ ਕੋ ਛੋੜ ਕੇ ਪਿਆਰ ਕੀ ਦੁਨੀਆ ਮੇ ਖੁਸ਼ ਰਹਿਣਾ ਮੇਰੇ ਯਾਰ, ਖੁਸ਼ ਰਹਿਣਾ ਇਸ ਝੂਠ ਕੀ ਨਗਰੀ ਸੇ ਤੋੜ ਕੇ ਨਾਤਾ ਜਾ ਪਿਆਰੇ ਅੰਬਰ ਰਹੇ ਤੇਰਾ ਪਿਆਰ, ਖੁਸ਼ ਰਹਿਣਾ ਮੇਰੇ ਯਾਰ। ਜਿੱਦਾਂ ਤੁਸੀਂ ਗੱਲ ਕੀਤੀ ਸਰ ਕਿ ਤੁਹਾਡੇ ਜਿੱਦਾਂ ਮਿੱਤਰ ਬਹੁਤ ਤੁਹਾਡੀ ਸਪੋਰਟ ਕਰਦੇ ਸੀਗੇ, ਹੁਣ ਵੀ ਕਰਦੇ ਆ ਮਿੱਤਰ ਤੁਹਾਡੀ ਸਪੋਰਟ, ਕਿ ਤੁਹਾਡੀ ਫੈਮਿਲੀ ਦੀ ਵੀ ਉੱਦਾਂ ਹੀ ਸਪੋਰਟ ਰਹੀ ਹੈ ਤੁਹਾਨੂੰ ਅੱਗੇ ਵਧਾਉਣ ਵਾਸਤੇ ਕਿ ਤੂੰ ਜਾ ਪੁੱਤ ਗਾ ਜਾ ਕੇ ਇੱਦਾਂ ਉੱਦਾਂ ਸਾਰਾ ਕੁਛ, ਕਿੱਦਾਂ ਤੁਹਾਨੂੰ ਲੱਗ ਰਿਹਾ ਸਰ? ਹਾਂਜੀ, ਮੇਰਾ ਬਾਪ ਤਾਂ ਛੋਟੇ ਹੁੰਦਿਆਂ ਗੁਜ਼ਰ ਗਿਆ ਸੀ, ਅਤੇ ਮਾਂ ਨੇ ਇਸ ਤਰ੍ਹਾਂ ਲੋਕਾਂ ਦਾ ਕੰਮ ਕੁੰਮ ਕਰਕੇ ਮਤਲਬ ਬਹੁਤ ਜ਼ਿਆਦਾ ਇਹੋ ਜਿਹੀ ਮਿਹਨਤ ਵੀ ਜਿਹਦਾ ਮੈਂ ਬਿਆਨ ਨਹੀਂ ਕਰ ਸਕਦਾ, ਕਿਹੋ ਜਿਹੀਆਂ ਤੰਗੀਆਂ ਤਕਲੀਫਾਂ ਦੇ ਦਿਨ, ਕੱਪੜਿਆਂ ਨੂੰ ਟਾਕੀਆਂ ਲਾ ਲਾ ਕੇ ਟਾਈਮ ਸਾਰਿਆ ਆਪਦਾ। ਸਾਡਾ ਬਾਪ ਜਿਹੜਾ ਸੀ ਉਹ ਨਸ਼ਾ ਨੁਸ਼ਾ ਕਰਦਾ ਹੁੰਦਾ ਸੀ, ਉਹਨੇ ਇੱਥੋਂ ਤੱਕ ਵੀ ਬਿਸਤਰੇ ਵੀ ਵੇਚ ਕਿਤੇ, ਕੋਈ ਉੱਤੇ ਲੈਣ ਨੂੰ ਕੱਪੜਾ ਵੀ ਨਹੀਂ ਸੀ ਹੈਗਾ। ਇਹ ਸਾਰਾ ਪਿੰਡ ਗਵਾਹ ਵਾ, ਜਿੱਥੇ ਪਿਛਲਾ ਸਾਡਾ ਪਿੰਡ ਨਾ ਜੋੜ ਸਿੰਘ ਵਾਲਾ, ਉਹ ਸਾਰਾ ਗਵਾਹ ਇਸ ਚੀਜ਼ ਦਾ। ਬੜੇ ਔਖੇ ਦਿਨ ਵੇਖੇ ਆ, ਫਿਰ ਇਹਨਾਂ ਦੀ ਤਮੰਨਾ ਦੀ, ਸਾਡੀ ਮਾਂ ਦੀ ਵੀ ਸ਼ਾਇਦ ਕਿਤੇ ਸਾਡੇ ਪੁੱਤਰ ਦਾ ਕੋਈ ਕੰਮ ਬਣ ਜਾਵੇ, ਮੇਰੇ ਭਰਾਵਾਂ ਦੀ ਵੀ ਵਿਚਾਰਿਆਂ ਦੀ ਤਮੰਨਾ ਹੁੰਦੀ ਸੀ ਵੀ ਸ਼ਾਇਦ ਸਾਡਾ ਭਰਾ ਗਾਉਂਦਾ ਵਾ, ਇਹਨੂੰ ਲਾਈਕ ਕਰਦੇ ਆ ਲੋਕ ਇਸ ਤਰ੍ਹਾਂ ਸਟੇਜ ਟੂ 'ਤੇ ਗਾਉਂਦਾ, ਵੀ ਯਾਰ ਕਿਤੇ ਸ਼ਾਇਦ ਇਹਦਾ ਕੋਈ ਚੰਗੇ ਮਾਹੌਲ ਆਉਣਗੇ, ਸਾਡੇ ਵੀ ਦਿਨ ਕਿਤੇ ਬਦਲਣਗੇ, ਅਸੀਂ ਵੀ ਕਿਤੇ ਕੋਈ ਚੰਗੀ ਰੋਟੀ ਖਾ ਸਕਾਂਗੇ। ਪਰ ਕਿਸਮਤ ਨੇ ਕੋਈ ਸਾਥ ਨਹੀਂ ਦਿੱਤਾ, ਕਿਸੇ ਨੇ ਕੋਈ ਸਿਸਟਮ ਰਲਿਆ ਨਹੀਂ, ਵੀ ਅੱਜ ਵੀ ਉਹ ਹੀ ਹਾਲਾਤ ਆ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਹੁੰਦੇ ਸੀ। ਫਿਰ ਵੀ ਕਦੀ ਦਿਲ ਨਹੀਂ ਛੱਡਿਆ, ਇਹ ਨਹੀਂ ਕਦੀ ਕੀਤਾ ਵੀ ਜਿਸ ਤਰ੍ਹਾਂ ਹੁਣ ਨਸ਼ਾ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ, ਨੌਜਵਾਨੀ ਨੂੰ ਖਤਮ ਕਰਨ ਡੇ ਪੰਜਾਬ ਨੂੰ, ਕਦੀ ਇਹ ਨਹੀਂ ਸੋਚਿਆ ਵੀ ਗਲਤ ਰਸਤੇ ਚੱਲ ਕੇ ਮੈਂ ਪੈਸਾ ਕਮਾਵਾਂ ਅਤੇ ਆਪਣੇ ਕੋਲ ਗੱਡੀਆਂ ਮੋਟਰਾਂ ਕਾਰਾਂ ਉਣਨਾ ਆਉਣਾ। ਹਮੇਸ਼ਾ ਸੋਚਿਆ ਵੀ ਯਾਰ ਮੇਰਾ ਜੇ ਭਲਾ ਹੁੰਦਾ, ਮੇਰੇ ਪਰਿਵਾਰ ਦਾ, ਮੇਰੀ ਮਾਂ ਦਾ, ਇਸ ਤਰ੍ਹਾਂ ਦੂਜਿਆਂ ਦੀਆਂ ਮਾਵਾਂ ਵੀ ਆ, ਬੱਚਿਆਂ ਦੀਆਂ ਜਿਨ੍ਹਾਂ ਦੀ ਜ਼ਿੰਦਗੀ ਖਰਾਬ ਹੋ ਗਈ, ਉਹ ਕੀ ਕਰਨਗੀਆਂ ਮਾਵਾਂ, ਉਹਨਾਂ ਦਾ ਮਾਂ ਪਿਓ ਕੀ ਕਰੂਗਾ, ਬੱਚੇ ਕੀ ਕਰਨਗੇ।
ਹਮੇਸ਼ਾ ਇਹੋ ਗੱਲ ਸੋਚੀ ਆ ਵੀ ਚੱਲਣਾ ਸੱਚ ਦੇ ਰਾਹ 'ਤੇ ਆ ਯਾਰ, ਰੋਟੀ ਬਣੇ ਤਾਂ ਭਾਵੇਂ ਨਾ ਬਣੇ, ਗਲਤ ਕਦੀ ਕਿਸੇ ਨੂੰ ਗਾਈਡ ਜਾਂ ਗਲਤ ਚੀਜ਼ ਨਹੀਂ ਕਿਸੇ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ। ਮੈਂ ਤਾਂ ਹਮੇਸ਼ਾ ਸੋਚਦਾ ਵਾਂ ਇਹ ਨਹੀਂ ਵੀ ਕੋਈ ਨਾਟਕਬਾਜ਼ੀ ਕਰ ਰਿਹਾ ਮੈਂ, ਨਾ ਨਾ ਨਾ, ਕੋਈ ਵੀ ਆਣ ਕੇ ਇੰਟਰਵਿਊ ਲਵੇ ਜਿਸ ਤਰ੍ਹਾਂ ਵੀਰੂ ਨਹੀਂ ਆਇਆ, ਕਦੀ ਵੀ ਨਹੀਂ ਹੋ ਸਕਦਾ ਯਾਰ। ਇੱਕ ਬੱਚਾ ਬੱਚਾ ਵੀ ਤੁਹਾਨੂੰ ਇਹ ਪੁੱਛੂਗਾ ਵੀ ਰਾਣਾ ਬੰਦਾ ਗੱਲ ਸੱਚ ਕਹਿੰਦਾ ਜਾਂ ਗਲਤ ਕਹਿੰਦਾ। ਹੁਣ ਕਈ ਵਾਰ ਉਹ ਟੀ ਵੀ ਦੇ ਵਿੱਚ ਵੀਡੀਓ ਕਰਦੇ, ਲੋਕ ਫਿਲਮਾਂ ਬਣਾਉਂਦੇ ਆ, ਅਤੇ ਉਹ ਕਹਿੰਦੇ ਵੀ ਅਸੀਂ ਦੇਸ਼ ਭਗਤ ਹਾਂ। ਯਾਰ ਮੇਰੇ ਨਾਨਕੇ ਘਰ ਮੈਂ 12-13 ਸਾਲ ਦੀ ਉਮਰ ਦੇ ਵਿੱਚ ਡਰਾਮੇ ਖੇਡਦਾ ਰਿਹਾ ਭਗਤ ਸਿੰਘ ਹੋਣਾ ਦੇ, ਅਤੇ ਜਦੋਂ ਉਹ ਸਾਰੀ ਸਾਰੀ ਦਿਹਾੜੀ ਉਦੋਂ ਸਾਰੀ ਰਾਤ ਡਰਾਮਾ ਖੇਡਣਾ ਅਤੇ ਰੋਟੀ ਮਿਲਣੀ ਆਲੂਆਂ ਦੇ ਵਿੱਚ, ਕੋਈ ਤਰੀ ਦੇ ਵਿੱਚ ਕੋਈ ਆਲੂ ਹੋਣਾ ਜਾਂ ਨਾ ਹੋਣਾ, ਉਹ ਵੀ ਖਾ ਕੇ ਅਤੇ ਖੁਸ਼ ਰਹਿਣਾ। ਇਸ ਕਰਕੇ ਵੀ ਯਾਰ ਭਗਤ ਸਿੰਘ ਇੰਨੀ ਵੱਡੀ ਹਸਤੀ ਆ, ਉਹਦਾ ਸੀਰੀਅਲ ਕਰਨ ਡਿਆ, ਉਹਦਾ ਡਰਾਮਾ ਕਰਨ ਡਿਆ, ਇੰਨੀ ਬੜੀ ਖੁਸ਼ੀ ਹੋਣੀ, ਕੋਈ ਭੁੱਖ ਭੱਖ ਨਹੀਂ ਲੱਗਦੀ ਹੁੰਦੀ ਸਾਨੂੰ। ਇਹ ਵੀ ਲੋਕ ਸਾਨੂੰ ਪਿਆਰ ਕਰਦੇ ਆ, ਅਤੇ ਹੁਣ ਵੀ ਮੈਂ ਇਹੋ ਬੇਨਤੀ ਕਰਦਾ ਕਿ ਸਾਫ਼ ਸੁਥਰੀ ਗਾਇਕੀ ਕਰੋ ਯਾਰ, ਸਾਫ਼ ਸੁਥਰੇ ਮਾਹੌਲ ਲਿਆਓ। ਜਿਹੜੇ ਵੀਰ ਗਾ ਰਹੇ ਆ ਉਹ ਵੀ ਬਹੁਤ ਵਧੀਆ ਗਾ ਰਹੇ ਆ ਸਾਰੇ ਹੀ, ਕੋਈ ਵੀ ਨਹੀਂ ਮਾੜਾ ਗਾ ਰਿਹਾ, ਕਿਉਂਕਿ ਮੈਂ ਨਹੀਂ ਕਹਿੰਦਾ ਕਿ ਮੈਂ ਆਵਾਜ਼ ਦੀ ਪੰਜਾਬ ਦੀ ਆਵਾਜ਼ ਹਾਂ, ਸਾਰੇ ਪੰਜਾਬ ਦੀ ਆਵਾਜ਼ ਆ। ਪੰਜਾਬ 'ਤੇ ਇੱਕ ਇਹੋ ਜਿਹਾ ਗਹਿਣਾ ਵਾ ਵੀ ਜਿਹੜਾ ਪੂਰੇ ਵਰਲਡ ਦੇ ਵਿੱਚ, ਮੈਂ ਇੱਕ ਮੇਰਾ ਲੂ ਨੂੰ ਹਮੇਸ਼ਾ ਰਿਣੀ ਰਹੂਗਾ। ਮੈਂ ਸੱਚੇ ਪਾਤਸ਼ਾਹ ਘੜੀ ਇਹੋ ਦੁਆਵਾਂ ਕਰਦਾ ਵੀ ਮੇਰੀ ਤਰੱਕੀ ਹੋਵੇ ਜਾਂ ਨਾ ਹੋਵੇ, ਪਰ ਸੱਚਿਆ ਪਾਤਸ਼ਾਹ ਮੇਰੇ ਜਿੰਨੇ ਵੀ ਜਨਮ ਹੋਣ ਮੇਰੇ ਪੰਜਾਬ ਦੇ ਵਿੱਚ ਹੋਣ, ਅਤੇ ਮੇਰਾ ਪੰਜਾਬ ਦੇ ਨਾਲ ਹੀ ਪਿਆਰ ਹੋਵੇ, ਅਤੇ ਮੈਂ ਕੁਛ ਕਰ ਸਕਾਂ ਹਰ ਜਨਮ ਦੇ ਵਿੱਚ ਪੰਜਾਬ ਦੇ ਵਾਸਤੇ, ਮੈਂ ਇਹੋ ਚਾਹੁੰਦਾ ਵਾਂ। ਅਤੇ ਤੁਹਾਡੇ ਘਰ ਦਾ ਗੁਜ਼ਾਰਾ ਕਿੱਦਾਂ ਚੱਲਦਾ ਸਰ? ਉਹ ਇੱਦਾਂ ਹੀ ਵੀਰ ਜੀ, ਗੁਜ਼ਾਰਾ ਜਿਸ ਤਰ੍ਹਾਂ ਰੱਬ ਚਲਾਈ ਦਾ ਚਲਾਈ ਜਾਂਦੇ ਹਾਂ। LED ਬਲਬ ਆ ਪਏ ਆ, ਬੈਗ ਲੈ ਜਾਈਦਾ ਤੜਕੇ, 5 ਵਜੇ ਉੱਠ ਕੇ ਇਸ਼ਨਾਨ ਕਰੀਦਾ, ਸੱਚੇ ਪਾਤਸ਼ਾਹ ਦਾ ਨਾਂ ਲਈਦਾ ਵਾ ਕਿ ਸੱਚਾ ਪਾਤਸ਼ਾਹ ਇਹ ਬਲਬ ਲੈ ਕੇ ਚੱਲੇ ਹਾਂ, ਜਿਹੜੇ ਜਿੱਥੇ ਵੇਚਣੇ ਆ ਉਹ ਉਹਨਾਂ ਦਾ ਵੀ ਜਿਹੜਾ ਅਮਾਨ ਸਾਡੇ 'ਤੇ ਬਣਿਆ ਰਹੇ ਅਤੇ ਸਾਡਾ ਵੀ, ਕਿਉਂਕਿ 30 ਰੁਪਏ ਦਾ ਬਲਬ ਆਉਂਦਾ, 20 ਰੁਪਏ ਦਾ ਵੇਚੀਦਾ ਵਾ, ਅਤੇ ਉਹਦੇ ਵਿੱਚ ਇਹ ਵੀ ਸਾਲ ਦੀ ਗਰੰਟੀ ਦੇਈਦੀ ਆ, ਬਲਕਿ ਉਹਨਾਂ ਵੱਲੋਂ ਕੋਈ ਗਰੰਟੀ ਨਹੀਂ ਦੀ, ਆਪਦੇ ਵੱਲੋਂ ਦੇ ਕੇ ਆਈਦੀ ਗਰੰਟੀ। ਤਾਂ ਫਿਰ ਦੁਬਾਰਾ ਫਿਰ ਜਦੋਂ ਮਹੀਨੇ ਕੁ ਬਾਅਦ ਜਾਈਦਾ ਵਾ, ਉਹ ਫਿਰ ਉਹਨਾਂ ਨੂੰ ਵਟਾ ਲਈਦੇ ਆ, 2-4 ਸੜੇ ਵੀ ਹੁੰਦੇ ਆ ਜਿੱਥੇ 100-120 ਵਿਕਦੇ ਆ, ਜੇ 2 ਸੜੇ ਕੇ ਦੇ ਵਾਪਸ ਕਰਕੇ ਫਿਰ ਉਹਨੂੰ ਨਵੇਂ ਦਈਏ, ਅਤੇ 4 ਬੰਦੇ ਹੋਰ ਖੜਦੇ ਆ ਵੀ ਵਾਕਿਆ ਨੇ ਦੀ ਗਰੰਟੀ ਯਾਰ, ਨਾਲੇ ਸਸਤਾ ਬਲਬ ਵੇਚ ਜਾਂਦੇ ਵਿਚਾਰੇ। ਗੁਜ਼ਾਰਾ ਕਰਦਾ ਜਿਸ ਤਰ੍ਹਾਂ ਵੀ ਭਾਅ ਜੀ ਹੋ ਰਿਹਾ ਵਾ, ਬਾਕੀ ਲੈਣ ਵਾਲਿਆਂ ਦਾ ਵੀ ਤਹਿ ਦਿਲੋਂ ਧੰਨਵਾਦ, ਜਿਹੜੇ ਸਾਡੇ ਵਰਗੇ ਗਰੀਬਾਂ ਦਾ ਘਰ ਚਲਾਉਣ ਡਿਆ, ਬਹੁਤ ਬਹੁਤ ਮਿਹਰਬਾਨੀ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜੀ? ਪਰਿਵਾਰ ਦੇ ਵਿੱਚ ਸਾਡੀ ਮਾਤਾ, ਅਸੀਂ 3 ਭਰਾ ਵਾਂ, ਅਤੇ 2 ਮੇਰੀਆਂ ਬੇਟੀਆਂ, 2 ਬੇਟੇ ਆ, ਬੇਟੇ ਫਿਰ ਜੁੜਵਾਂ ਹੋਏ ਆ, ਬੇਟੀਆਂ ਦੀ ਮੈਂ ਲੋਹੜੀ ਵੰਡਦਾ ਰਿਹਾ, ਕਿਉਂਕਿ ਮੇਰੇ ਵਾਸਤੇ ਬੇਟਾ ਜਾਂ ਬੇਟੀ ਇੱਕ ਹੀ ਗੱਲ ਆ, ਅਤੇ ਮੈਂ ਖੁਸ਼ੀ ਖੁਸ਼ੀ ਲੋਹੜੀ ਵੰਡਦਾ ਰਿਹਾ, ਅਤੇ ਬਹੁਤ ਲੋਕ ਮੈਨੂੰ ਵਧਾਈਆਂ ਵੀ ਦਿੰਦੇ ਰਹੇ, ਪੜ੍ਹੇ ਲਿਖੇ ਦੋਸਤ, ਅਤੇ ਸੱਚੇ ਪਾਤਸ਼ਾਹ ਨੇ ਇਹ ਵੀ ਕਿਰਪਾ ਕਰਕੇ ਦੀ, ਚੱਲ ਉਹਨਾਂ ਦੇ ਭਰਾ ਵੀ ਦੇ ਦਿੱਤੇ ਆ ਰੱਖੜੀ ਬੰਨ੍ਹਣ ਨੂੰ, ਬਹੁਤ ਵਧੀਆ ਖੁਸ਼ੀ ਦੀ ਗੱਲ ਹੈ। ਸੱਚੇ ਪਾਤਸ਼ਾਹ ਨੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡੀ ਯਾਰ, 2 ਮਿੰਟ ਦੀ ਰੋਟੀ ਮਿਲ ਜੇ ਇੰਨਾ ਹੀ ਬਹੁਤ ਸ਼ੁਕਰ ਹੈ ਸੱਚੇ ਪਾਤਸ਼ਾਹ ਦਾ। ਕੋਈ ਮੋਟਰਾਂ ਕੋਈ ਕਾਰਾਂ ਦੇ ਨਾਲ ਆਪਾਂ ਨੂੰ ਕਿਸੇ ਚੀਜ਼ ਕੋਠੀਆਂ ਨਾਲ ਕੋਈ ਮਤਲਬ ਨਹੀਂ ਆ, ਮੈਨੂੰ ਇੰਨਾ ਵਾ ਮੇਰੇ ਪੰਜਾਬੀ ਵੀਰ ਸਦਾ ਜਿਉਂਦੇ ਰਹਿਣ ਅਤੇ ਮੈਨੂੰ ਪਿਆਰ ਕਰਦੇ ਰਹਿਣ ਮੇਰੀ ਗਾਇਕੀ ਨੂੰ। ਮੈਨੂੰ ਮੈਂ ਤਾਂ ਇਹੋ ਦੁਆਵਾਂ ਕਰਦਾ ਵੀ ਜਿੱਥੇ ਜਿੱਥੇ ਬੈਠੇ ਆ ਜੁਗ ਜੁਗ ਜੀਣ ਸੱਚੇ ਪਾਤਸ਼ਾਹ, ਇਹ ਕਲਗਿਆਂ ਵਾਲਿਆ, ਇਹ ਗੁਰੂ ਨਾਨਕ ਪਾਤਸ਼ਾਹ ਮੇਰੇ ਵੀਰਾਂ ਨੂੰ ਇੰਨਾ ਕੁ ਦੇ ਵੀ ਕਿਸੇ ਗੱਲੋਂ ਵੀ ਥੋੜ੍ਹ ਕੇ ਨਾ ਬਹਿਣਾ। ਸਰ ਜਿੱਦਾਂ ਤੁਸੀਂ ਵੋਇਸ ਆਫ ਪੰਜਾਬ ਦੇ ਵਿੱਚ ਸੀਜ਼ਨ 3 ਅਤੇ 4 ਦੇ ਵਿੱਚ ਗਏ ਸੀਗੇ, ਉਹਦੇ ਵਿੱਚ ਤੁਹਾਨੂੰ ਕਿੱਦਾਂ ਅੱਗੇ ਕਿਉਂ ਨਹੀਂ ਵਧਣ ਦਿੱਤਾ? ਇੰਨੀ ਬੁਲੰਦ ਆਵਾਜ਼ ਹੋਣ ਦੇ ਮਾਲਕ ਤੁਸੀਂ ਹੈਗੇ ਆ, ਇਹਦੇ ਬਾਵਜੂਦ ਵੀ ਤੁਸੀਂ ਅੱਗੇ ਕਿਉਂ ਨਹੀਂ ਵਧੇ ਸਰ? ਇਹ ਵੀਰ ਜੀ ਕੀ ਕਰ ਸਕਦੇ ਆ, ਜਦੋਂ ਅੱਗੇ ਜਾ ਕੇ ਫਿਰ ਉੱਥੇ ਕਈ ਕੁਛ ਵਹਿੰਦੇ ਆ, ਇਹ ਕੋਈ ਕਮੀ ਆਪਣੇ ਤੋਂ ਵੀ ਰਹਿ ਗਈ ਆ, ਕੁਛ ਹੋ ਸਕਦਾ ਆਪਣੀ ਕਿਸਮਤ ਨੇ ਵੀ ਕੋਈ ਸਾਥ ਨਾ ਦਿੱਤਾ ਹੋਵੇ।
ਬਾਕੀ ਉੱਥੇ ਤੁਸੀਂ ਵੇਖ ਹੀ ਲਿਆ ਵਾ ਉਹ ਸਾਜੀਆਂ ਮਨਜ਼ੂਰ ਜੀ ਜਿਹੜੇ ਪਾਕਿਸਤਾਨ ਦੇ ਉਹ ਕਿੰਨਾ ਲਾਈਕ ਕਰਨ ਡੇ, ਕਿੰਨਾ ਪਿਆਰ ਕਰਨ ਡੇ ਆ, ਅਤੇ ਬਾਕੀ ਜਿਹੜੇ ਮੇਰੇ ਆਪਣੇ ਬੰਦੇ ਉਹ ਤੋਂ ਸੁਣ ਹੀ ਲਏ ਆ ਕੀ ਕਰਨ ਡੇ, ਕੀ ਕਹਿ ਸਕਦਾ ਮੈਂ ਹੁਣ ਉਹਨਾਂ ਬਾਰੇ। ਅਤੇ ਸਰ ਸੀਜ਼ਨ 3 ਦੇ ਵਿੱਚ ਤੁਸੀਂ ਕਿਹੜੇ ਰਾਊਂਡ 'ਚ ਬਾਹਰ ਹੋ ਗਏ ਸੀ? ਮੈਂ ਫਸਟ ਰਾਊਂਡ 'ਚੋਂ ਬਾਹਰ ਹੋਇਆ ਸੀ ਸੀਜ਼ਨ 3 'ਚ ਵੀ ਅਤੇ ਸੀਜ਼ਨ 4 'ਚ ਵੀ, ਪਰ ਇੱਕ ਗੱਲ ਦੇ ਮੈਨੂੰ ਟੈਨਸ਼ਨ ਜ਼ਰੂਰ ਆ ਵੀ ਮੈਂ ਜਦੋਂ ਪਹਿਲੀ ਵਾਰੀ ਗਿਆ ਸੀਗਾ ਵਾਈਸ ਆਫ ਪੰਜਾਬ ਦੇ ਵਿੱਚ ਅਤੇ ਮਹਿੰਗਾ ਆਡੀਸ਼ਨ ਦੇ ਵਿੱਚ, ਨਹੀਂ ਦੂਜੀ ਵਾਰੀ ਦੀ ਗੱਲ, ਹਾਂ ਮੈਂ ਚੰਡੀਗੜ੍ਹ ਗੀਤ ਬੋਲਿਆ ਸੀ ਚਮਕੀਲਾ ਸਾਹਿਬ ਦਾ, ਨਾਲ ਹੀ ਅਮਰਜੋਤ ਦੀ ਆਵਾਜ਼ ਕੱਢੀ ਸੀ ਨਾਲ ਹੀ ਚਮਕੀਲਾ ਸਾਹਿਬ ਦੀ, ਦੋਵਾਂ ਦੀ ਕੱਢੀ ਸੀ ਅਤੇ ਉਹ ਚੀਜ਼ ਉਹਨਾਂ ਦਿਖਾਈ ਨਹੀਂ, ਪਤਾ ਨਹੀਂ ਕਿਉਂ ਨਹੀਂ ਦਿਖਾਈ, ਅਤੇ ਰੱਬ ਹੀ ਜਾਣਦਾ ਜੀ। ਦੋ ਕੁ ਬੋਲ ਹੋ ਜਾਣ ਸਰ ਉਹਨਾਂ 'ਤੇ? ਹਾਂਜੀ ਕੋਸ਼ਿਸ਼ ਕਰਦਾ ਹੁਣ ਉਸ ਆਈ ਪਿੱਚ 'ਤੇ ਗਾਉਣ ਦਾ। ਜਿਹਦੇ ਨਾਲ ਮਲਾਜੇਦਾਰੀ ਲੱਗੀ ਮੁੱਢਕ ਦੀ ਮੋਹਯਾਰੀ, ਉਹ ਤੇਰੋ ਗੜੀਓ ਨੀ ਗਲ ਲੱਗ ਕੇ ਕੌਲਿਆਂ ਦੇ, ਮੇਰਾ ਚਿਤਨਾ ਲੱਗਣਾ ਚਿਤਣਾ ਲੱਗਣਾ ਨੀ ਕੁੜੀਓ ਕਰ ਸੋਹਰਿਆਂ ਦੇ, ਚਿਤਣਾ ਲੱਗਣਾ ਨੀ ਕੁੜੀਓ ਕਰ ਸੋਹਰਿਆਂ ਦੇ, ਹਾਏ ਤੇਰੀ ਗੋਰੀ ਵਿਣੀ ਵਿੱਚ ਚੂੜਾ ਨਹੀਂ ਹੋ ਜਾਊ, ਮਹਿੰਦੀ ਦਾ ਰੰਗ ਗੂੜਾ ਨਾ ਅੱਲੜਾਂ ਨੇ ਤੋੜ ਚੜਾਈਆਂ, ਇਹਦੇ ਹੁੰਦੀਆਂ ਜਗਤ ਨਾਲੇ ਆਈਆਂ, ਐਵੇਂ ਝੂਠੇ ਦਾਵੇ ਰਹੇਗੇ ਨਹੀਂ ਮਗਰੋਂ ਮਿੱਤਰਾਂ ਦੇ, ਹਾਏ ਨਹੀਂ ਸੁਣ ਹੱਸ ਹੱਸ ਲਾਈਆਂ ਹੱਸ ਹੱਸ ਲਾਈਆਂ, ਹਾਏ ਰੋ ਕੇ ਸੋਹਣੀਆਂ ਵਿਛੜਾਂਗੇ, ਹੱਸ ਹੱਸ ਲਾਈਆਂ ਹਾਏ ਰੋ ਰੋ ਸੋਹਣੀਆਂ ਵਿਛੜਾਂਗੇ, ਚਿੱਤਣੀ ਲੱਗਣਾ ਨੀ ਕੁੜੀਓ ਕਰ ਸੋਹਰਿਆਂ ਦੇ, ਹੱਸ ਹੱਸ ਲਾਈਆਂ ਹਾਏ ਰੋ ਰੋ ਸੋਹਣੀਆਂ ਵਿਛੜਾਂਗੇ। ਸਰ ਜਿੱਦਾਂ ਵੋਇਸ ਆਫ ਪੰਜਾਬ ਤੋਂ ਬਾਅਦ ਤੁਸੀਂ ਗਏ ਆ ਅਤੇ ਉਸ ਤੋਂ ਬਾਅਦ ਤੁਹਾਨੂੰ ਕਿਸੇ ਦਾ ਫੋਨ ਕਾਲ ਕੋਈ ਨਹੀਂ ਆਇਆ ਕਿ ਇੰਨੀ ਵਧੀਆ ਆਵਾਜ਼ ਆ ਤੁਹਾਡੀ? ਸਾਨੂੰ ਤਾਂ ਹੈਰਾਨੀ ਹੁੰਦੀ ਆ ਜਦੋਂ ਅਸੀਂ ਤੁਹਾਡੀ ਆਵਾਜ਼ ਸੁਣਦੇ ਹਾਂ ਪਹਿਲੇ ਰਾਊਂਡ 'ਚੋਂ ਤੁਸੀਂ ਬਾਹਰ ਆ ਗਏ ਹਾਂ, ਅਤੇ ਤੁਹਾਨੂੰ ਕੋਈ ਫੋਨ ਕਾਲ ਨਹੀਂ ਆਇਆ ਬਾਅਦ ਵਿੱਚ? ਨਹੀਂ ਨਹੀਂ ਬਹੁਤ ਕਾਲ ਆਇਆ, ਬਹੁਤ ਬਾਹਰਲੇ ਦੇਸ਼ਾਂ 'ਚੋਂ ਵੀ ਬਹੁਤ ਪਿਆਰ ਕੀਤਾ, ਕੁਛ ਕੰਪਨੀ ਵਾਲੇ ਦਾ ਵੀ ਇੱਕ ਦਾ ਫੋਨ ਆਇਆ ਸੀ ਇੰਗਲੈਂਡ ਤੋਂ, ਕਹਿੰਦਾ ਸੀ ਵੀਰ ਜੀ ਮੈਂ ਤੁਹਾਨੂੰ ਬੌਂਡ ਕਰਨਾ ਚਾਹੁੰਦਾ, ਮੈਂ ਕਿਹਾ ਹਾਂਜੀ, ਕਹਿੰਦਾ ਪਰ ਚੱਲਣਾ ਤੁਹਾਨੂੰ ਸਾਡੇ ਰਾਹ 'ਤੇ ਪਊਗਾ ਜਿੱਦਾਂ ਦਾ ਅਸੀਂ ਫੈਸ਼ਨ ਕਵਾਂਗੇ, ਮੈਂ ਕਿਹਾ ਨਹੀਂ ਵੀਰੇ, ਮੈਂ ਕਿਹਾ ਬਾਈ ਜੀ ਦਿਹਾੜੀ ਕਰਨੀ ਮਨਜ਼ੂਰ ਆ ਪਰ ਮੈਂ ਆਪਣਾ ਜ਼ਮੀਰ ਤੋਂ ਥਾਂ ਨਹੀਂ ਡਿੱਗਣਾ ਚਾਹੁੰਦਾ, ਮੈਂ ਤਾਂ ਅੱਜ ਵੀ ਇਹ ਕਹਿੰਦਾ ਵਾਂ ਵੀ ਮੈਨੂੰ ਭਾਵੇਂ ਕੋਈ ਕਰੋੜਾਂ ਰੁਪਈਆ ਦੇ ਕੇ ਵੇਲੇ ਇੱਥੇ ਆਣਗੇ, ਮੈਂ ਨਾ ਵੀਰ ਆਪਦੇ ਜ਼ਮੀਰ ਤੋਂ ਥੱਲੇ ਨਹੀਂ ਡਿੱਗਣਾ, ਮੈਨੂੰ ਹੱਕ ਦੀ ਖੂਨ ਪਸੀਨੇ ਦੀ ਕਮਾਈ ਖਾ ਕੇ ਗੁਜ਼ਾਰਾ ਕਰਾਂ ਚੰਗਾ, ਮੈਂ ਨਹੀਂ ਚਾਹੁੰਦਾ ਮੈਂ ਲੱਚਰਤਾ ਗਾ ਕੇ ਅਤੇ ਆਪਣੇ ਆਪ ਨੂੰ ਫੇਮਸ ਕਰਾਂ। ਲੱਚਰਤਾ ਜਿੱਦਾਂ ਅੱਜ ਕੱਲ੍ਹ ਜਿਹੜੇ ਵੀ ਲੱਚਰਤਾ ਗਾ ਰਹੇ ਨੇ ਉਹ ਸਭ ਜਿਹੜੇ ਆ ਉਹ ਬਹੁਤ ਹੀ ਜ਼ਿਆਦਾ ਜਿੱਦਾਂ ਵਧੀਆ ਮੁਕਾਮ ਦੇ ਉੱਤੇ ਪਹੁੰਚੇ ਹੋਏ ਨੇ, ਸੱਭਿਆਚਾਰ ਦੇ ਉੱਤੇ ਲੱਚਰਤਾ ਵੀ ਭਾਰੀ ਪੈ ਰਹੀ ਹੈ ਇਸ ਕੰਮ ਦੇ ਉੱਤੇ। ਤੁਹਾਨੂੰ ਨਹੀਂ ਲੱਗਦਾ ਸਰ ਕਿ ਜਿੱਦਾਂ ਆਪਣਾ ਮੈਨੂੰ ਉਹਨਾਂ ਦੀ ਕੰਪਨੀਆਂ ਦੇ ਵਿੱਚ ਜਾਣਾ ਚਾਹੀਦਾ ਹੈ ਅਤੇ ਮੈਨੂੰ ਆਪਣੇ ਘਰ ਦਾ ਗੁਜ਼ਾਰਾ ਵਧੀਆ ਹੋ ਜਾਊਗਾ ਉਹਦੇ ਨਾਲ, ਇੱਦਾਂ ਦੀ ਗੱਲ ਤੁਹਾਨੂੰ ਲੱਗਦੀ ਨਹੀਂ ਸਰ? ਨਹੀਂ ਉਹ ਜਿਹੜੀ ਲੱਚਰਤਾ ਤੁਸੀਂ ਗੱਲ ਕੀਤੀ ਆ ਉਹ ਟੋਪਿਕ 'ਤੇ, ਉਹ ਲੱਚਰਤਾ ਕੁਛ ਟਾਈਮ ਵਾਸਤੇ ਆ ਕਿਉਂਕਿ ਅੱਗੇ ਨੂੰ ਬਹੁਤ ਫਰਕ ਪੈ ਗਿਆ ਵਾ, ਬਹੁਤ ਫਰਕ ਪੈਂਦਾ ਜਾਂਦਾ ਵਾ, ਲੋਕ ਉਹ ਜਿਹੜਾ ਉੱਧਰ ਦਾ ਹਰਜਾਨ ਸੀ ਉਹ ਘੱਟਦਾ ਜਾ ਰਿਹਾ ਅਤੇ ਹੁਣ ਸੱਭਿਆਚਾਰ ਵੱਲੇ ਆ ਰਹੇ ਆ। ਇੱਕ ਦਿਨ ਮੈਂ ਇੱਧਰ ਗਿਆ ਸੀਗਾ ਪਿੰਡ ਬਾਂਦਰਾ ਜਿੱਥੋਂ ਦੇ ਉਹ ਸਿੰਟੂ ਵੀਰ ਨੇ ਮੈਨੂੰ ਗੀਤ ਦਿੱਤਾ ਭਗਤ ਸਿੰਘ ਵਾਲਾ, ਉੱਥੇ ਕਰਤਾਰ ਰਾਮਲਾ ਜੀ ਲੱਗਾ ਸੀ, ਬੜੇ ਲੋਕ ਬੈਠੇ ਹੋਏ ਸੀ ਅਤੇ ਬਹੁਤ ਪਿਆਰ ਦੇ ਨਾਲ ਸੁਣਦੇ ਸੀ, ਉਹਨਾਂ ਨੂੰ ਬਹੁਤ ਪਿਆਰ ਕੀਤਾ, ਮੇਰੀ ਮੈਂ ਵੀ ਗੀਤ ਇੱਕ ਦੋ ਵਿੱਚ ਬੋਲੇ ਸੀ, ਬਹੁਤ ਪਿਆਰ ਕੀਤਾ ਉਹਨਾਂ, ਐਸੀ ਗੱਲ ਨਹੀਂ ਆ, ਇੱਕ ਨਾ ਇੱਕ ਦਿਨ ਆਉਣਗੇ ਸਾਰੇ ਲੋਕ ਇੱਧਰਲੀ ਸਾਡੀ। ਸਰ ਜਿੱਦਾਂ ਤੁਹਾਡਾ ਗਾਇਕੀ ਦਾ ਸਫ਼ਰ ਚੱਲਦਾ ਆ ਉਹਦੇ ਵਿੱਚ ਤੁਹਾਨੂੰ ਕੋਈ ਲਾਈਵ ਪਰਫੋਰਮੈਂਸ ਜਾਂ ਸਟੇਜ ਪਰਫੋਰਮੈਂਸ ਤੁਹਾਨੂੰ ਮਿਲੀਆਂ ਹੋਣ ਜਾਂ ਤੁਹਾਡਾ ਕੋਈ ਗਾਣਾ ਰਿਕਾਰਡ ਕੀਤਾ ਹੋਵੇ ਇੱਦਾਂ ਦਾ ਕੁਛ? ਹਾਂਜੀ ਵੀਰੇ, ਗੀਤ
ਕਾਫੀ 3-4 ਗੀਤ ਮੈਂ ਕੀਤੇ ਹੋਏ ਆ। ਇੱਕ ਮੇਰੇ ਛੋਟੇ ਭਰਾ ਦਾ ਗੀਤ ਵੀ ਲਿਖਿਆ ਸੀ, ਆਪਣੇ ਵਤਨ ਪੰਜਾਬ ਨੂੰ ਮੁੜ ਆਵਾਂ ਕਿਵੇਂ ਨਾ, ਇਹ ਵੀ ਗੀਤ ਸੀ। ਔਰ ਇੱਕ ਨਸ਼ੇ ਦੇ ਖਿਲਾਫ ਮੈਂ ਗੀਤ ਕੀਤਾ ਸੀਗਾ, ਬਹੁਤ ਵਧੀਆ। ਅਤੇ ਇੱਕ ਮੇਰਾ ਦੋਸਤ ਇੱਥੇ ਮੈਡੀਕਲ ਵਾਲਾ ਹੀ, ਆਪਾਂ ਮੈਂ ਉੱਥੋਂ ਜਾ ਕੇ ਆਪਾਂ ਪੁੱਛ ਸਕਦੇ ਹਾਂ ਇਹ ਗੱਲ। ਉਹ ਮੈਨੂੰ ਕਹਿੰਦਾ, ਰਾਣੇ ਤੂੰ ਕਿੱਦਾਂ ਦੇ ਗੀਤ ਬੋਲਦਾ ਯਾਰ, ਤੂੰ ਕੋਈ ਇੱਦਾਂ ਦਾ ਗੀਤ ਬੋਲ ਜਿਹਦੇ ਨਾਲ ਤੂੰ ਸੁਪਰ ਸਟਾਰ ਹੋ ਜਾਏ। ਉਹ ਮੈਂ ਕਿਹਾ, ਭਰਾਵਾ ਮੈਂ ਨਸ਼ੇ ਦਾ ਗੀਤ ਇਸ ਕਰਕੇ ਬੋਲਿਆ ਵਾ ਕਿ ਜੇ 100 ਨੌਜਵਾਨ ਨੇ ਗੀਤ ਸੁਣ ਲਿਆ ਅਤੇ ਇੱਕ ਨੌਜਵਾਨ ਵੀ ਨਸ਼ੇ ਤੋਂ ਹਟ ਗਿਆ ਤਾਂ ਮੈਂ ਸਮਝੂਗਾ ਮੈਂ ਸੁਪਰ ਸਟਾਰ ਬਣ ਗਿਆ ਭਾਅ ਜੀ। ਮੈਂ ਹੋਰ ਕਿਸੇ ਸੁਪਰ ਸਟਾਰ ਨੂੰ ਕੀ ਆਖਣਾ ਵਾ, ਮੈਂ ਤਾਂ ਇੱਦਾਂ ਦੀ ਸੋਚੀ ਸੀ। ਅਤੇ ਬਾਕੀ ਗੀਤ ਹੋਰ ਵੀ ਬਹੁਤ ਕੀਤੇ ਆ ਮੈਂ, ਅਤੇ ਇਸੇ ਗਾਇਕੀ ਦੀ ਬਦੌਲਤ ਹੀ ਜਸਵਿੰਦਰ ਸਿੰਘ ਜੀ ਚਾਹਲ, ਜੋ ਪਿੰਡ ਚਾਹਲਾਂ ਤੋਂ, ਭਾਅ ਜੀ ਇੰਗਲੈਂਡ ਦੇ ਵਿੱਚ, ਮੈਂ ਅੱਗੇ ਵੀ ਜ਼ਿਕਰ ਕੀਤਾ ਸੀ, ਸੱਚੇ ਪਾਤਸ਼ਾਹ ਗੜੀ 24 ਘੰਟੇ ਅਰਦਾਸਾਂ ਹੁੰਦੀਆਂ ਮੇਰੇ ਘਰ ਦੀਆਂ ਅਤੇ ਮੇਰੀਆਂ ਵੀ, ਵੀ ਸੱਚਾ ਪਾਤਸ਼ਾਹ ਜਿਹੜੇ ਮੇਰੇ ਬੇਟੀਆਂ ਨੂੰ ਪੜ੍ਹਾ ਰਹੇ ਨੇ, ਇੰਨਾ ਵੱਡਾ ਉਪਕਾਰ ਕੀਤਾ ਮੇਰੇ 'ਤੇ, ਕਿਸੇ ਵੀ ਗੱਲੋਂ ਕਿਸੇ ਗੱਲੋਂ ਥੁੜ ਕੇ ਨਾ ਬਹਿਣ, ਹਮੇਸ਼ਾ ਖੁਸ਼ ਰਹਿਣ, ਅਤੇ ਉਹ ਭਾਅ ਜੀ ਚੜ੍ਹਦੀ ਕਲਾ ਦੇ ਵਿੱਚ ਰਹਿਣ। ਜਸਵਿੰਦਰ ਸਿੰਘ ਜੀ ਚਾਹਲ, ਪਿੰਡ ਚਾਹਲਾਂ ਤੋਂ। ਇਹ ਜਿੱਦਾਂ ਲਾਈਵ ਸ਼ੋ ਕਰਦੇ ਹੋ ਤੁਸੀਂ, ਜਿੱਦਾਂ ਤੁਸੀਂ ਗਾਣੇ ਕੀਤੇ ਆ, ਇਹਦੇ ਤੋਂ ਤੁਹਾਨੂੰ ਕੁਛ ਇਨਕਮ ਆਈ ਹੋਵੇ ਜਾਂ ਤੁਹਾਨੂੰ ਕੁਛ ਇੱਦਾਂ ਦਾ ਆਇਆ ਹੋਵੇ ਕਿ ਤੁਹਾਨੂੰ ਕੋਈ ਫੋਨ ਕਾਲ ਆਈ ਹੋਵੇ ਜਿਹਦੇ ਨਾਲ ਤੁਹਾਨੂੰ ਅੱਗੇ ਕੁਛ ਵਧਣ ਦਾ ਮੌਕਾ ਮਿਲਿਆ ਹੋਵੇ? ਭਾਅ ਜੀ ਕਾਲਾਂ ਤਾਂ ਆਉਂਦੀਆਂ, ਬਹੁਤ ਪਿਆਰ ਕਰਦੇ ਲੋਕ ਮੇਰੇ, ਪੰਜਾਬੀ ਵੀਰ ਮੈਨੂੰ ਬਹੁਤ ਪਿਆਰ ਕਰਦੇ ਆ, ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ। ਪਰ ਅੱਜ ਵੀ ਸਟੇਜਾਂ 'ਤੇ ਜਾ ਕੇ ਅਤੇ ਪ੍ਰਬੰਧਕਾਂ ਦੇ ਤਰਲੇ ਕੱਢ ਕੇ ਇੱਕ ਅੱਧਾ ਗੀਤ ਲਵਾਉਣਾ ਪੈਂਦਾ ਵਾ, ਜਿੱਥੇ ਬੜੇ ਬੜੇ ਸਿੰਗਰ ਆਏ ਹੋਣ, ਜਿਹੜੇ ਲੱਖਾਂ ਰੁਪਈਆ ਜਿਹੜੇ ਲੈਣ ਵਾਲੇ ਹੋਣ, ਤਾਂ ਉੱਥੇ ਜਾ ਕੇ ਫਿਰ ਹੱਥ ਜੋੜ ਕੇ ਕਹੀਦਾ ਵੀ ਭਾਅ ਜੀ ਮੈਨੂੰ ਵੀ ਇੱਕ ਗੀਤ ਦਾ ਦੋਵਾਂ ਦਾ ਟਾਈਮ ਦਿਓ। ਜਦੋਂ ਫਿਰ ਟਾਈਮ ਮਿਲਦਾ ਵਾ ਬਾਅਦ, ਜਦੋਂ ਸੁਣਦੇ ਆ ਤਾਂ ਇੱਕ ਦੂਜੇ ਨਾਲ ਸਲਾਹ ਕਹਿੰਦੇ ਕਰਦੇ ਆ ਵੀ ਯਾਰ ਇਹਨੂੰ ਬੁਲਾਉਣਾ ਚਾਹੀਦਾ ਸੀ ਇਹਦੀ ਜਗ੍ਹਾ 'ਤੇ, ਬਸ ਇੰਨੀ ਗੱਲ ਜ਼ਰੂਰ ਹੁੰਦੀ ਰਹਿੰਦੀ ਆ। ਬਾਕੀ ਠੀਕ ਹੈ, ਚੱਲੀ ਜਾਂਦਾ ਵਾ, ਮਿਹਨਤ ਮਜ਼ਦੂਰੀ ਕਰਨ ਡਿਆ, ਬਹੁਤ ਠੀਕ ਹੈ ਕੰਮ ਸਿਸਟਮ ਹੈ ਯਾਰ। ਤੁਹਾਨੂੰ ਸਰ ਜਿੱਦਾਂ ਲਿਖਣ ਦਾ ਵੀ ਸ਼ੌਂਕ ਹੈ ਕਿ ਇਕੱਲਾ ਗਾਉਣ ਦਾ ਹੀ ਸ਼ੌਂਕ ਹੈ ਸਰ? ਨਹੀਂ ਮੈਂ ਜ਼ਿਆਦਾਤਰ ਤਾਂ ਵੈਸੇ ਗਾਇਕੀ ਕਰਦਾ ਵਾਂ, ਪਰ ਕਈ ਇਹੋ ਜਿਹੇ ਰਾਈਟਰ ਹੈਗੇ ਮੇਰੇ ਦੋਸਤ ਜਾਂ ਮੇਰਾ ਭਰਾ ਵੀ, ਮੈਂ ਉਹਦੇ ਕੋਲ ਬਹਿ ਕੇ ਫਿਰ ਮੈਂ ਉਹਨੂੰ ਦੱਸਣ ਲੱਗ ਪੈਂਦਾ ਉਹਨਾਂ ਵੀ ਇਸ ਟੌਪਿਕ 'ਤੇ ਇੱਦਾਂ ਦਾ ਗੀਤ ਕਰ, ਅਤੇ ਨਾਲ ਇੱਕ ਅੱਧਾ ਪਹਿਰਾ ਮੈਂ ਦੱਸ ਵੀ ਦੇਣਾ ਉਹਨਾਂ ਨਾਲ ਵੀ ਇਹ ਚੀਜ਼ ਨੂੰ ਲਿਖ ਤੂੰ ਅਤੇ ਇਹਨੂੰ ਮੈਂ ਗਾਉਣਾ ਵਾਂ। ਹੁਣ ਮੇਰੇ ਭਰਾ ਦੇ ਆਪਣੇ ਗੀਤ ਵੀ ਬਹੁਤ ਸਾਰੇ ਲਿਖੇ ਆ, ਪਰ ਉਹਨਾਂ ਦੇ ਵਿੱਚੋਂ ਇੱਕ ਤਾਂ ਗੀਤ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਨਾ, ਜਿਹੜਾ ਮੈਂ ਤਕਰੀਬਨ ਹੀ ਕਈ ਨਾ ਘਰ ਵੀ ਗਾਉਂਦਾ ਰਹਿੰਦਾ ਵਾਂ। ਦੋ ਲਾਈਨਾਂ ਸਰ ਹੋ ਜਾਣ ਉਹਦੀਆਂ? ਹਾਂ ਹਾਂ। ਇੱਕ ਮਾਦ ਕਿਆਰੀ ਧੀ ਨੂੰ ਕਹਿੰਦੀ ਸਮਝ ਸਾਰ ਤੈਨੂੰ ਕਿਉਂ ਨਹੀਂ ਪੈਂਦੀ, ਰੰਗ ਤੇਰੇ ਤੇ ਐਸਾ ਡੁੱਲਿਆ ਫਿਰੇ ਪੰਜਾਬੀ ਵਿਰਸਾ ਭੁੱਲਿਆ, ਉਹ ਪੈਰਾਂ ਖੇਡ ਲਤਾੜ ਕੇ ਰੱਖਦਾ ਖਿੜਦਾ ਭੁੱਲ ਗੁਲਾਬ ਦਾ, ਅੱਜ ਲੀਰਾ ਲੀਰਾ ਕਰਕੇ ਸੁੱਟਦਾ ਸੱਭਿਆਚਾਰ ਪੰਜਾਬ ਦਾ, ਉਹ ਅੱਜ ਲੀਰਾ ਲੀਰਾ ਕਰਕੇ ਸੁੱਟਦਾ ਸੱਭਿਆਚਾਰ ਪੰਜਾਬ ਦਾ, ਗਾਉਣ ਵਾਲਿਓ ਰਹਿਮ ਕਰੋ ਏ ਕੁਝ ਤਾਂ ਪੱਲੇ ਪੈਣ ਦਿਓ, ਸੱਭਿਆਚਾਰ ਦੁਹਾਈ ਦਿੰਦਾ ਕੁਝ ਲੋਕਾਂ ਜੋਗਾ ਰਹਿਣ ਦਿਓ, ਉਹ ਪੰਜ ਦਰਿਆ ਵੀ ਭੁੱਬਾ ਮਾਰਨ ਰੋਂਦਾ ਦਿਲ ਚਨਾਬ ਦਾ, ਅੱਜ ਲੀਰਾ ਲੀਰਾ ਕਰਕੇ ਸੁੱਟਤਾ ਸੱਭਿਆਚਾਰ ਪੰਜਾਬ ਦਾ। ਸਰ ਇੰਨੀ ਵਧੀਆ ਆਵਾਜ਼ ਹੋਣ ਦੇ ਬਾਵਜੂਦ ਵੀ ਤੁਸੀਂ ਗਲੀਆਂ ਦੇ ਵਿੱਚ LED ਬਲਬ ਵੇਚ ਰਹੇ ਹੋ, ਦਿਹਾੜੀਦਾਰ ਵਾਲਾ ਕੰਮ ਕਰ ਰਹੇ ਹੋ, ਕੀ ਤੁਹਾਡਾ ਇਹਦੇ ਨਾਲ ਦਿਲ ਨਹੀਂ ਦੁਖਦਾ ਸਰ? ਨਹੀਂ ਦਿਲ ਮੇਰਾ ਨਹੀਂ ਦੁਖਦਾ, ਮੇਰਾ ਤਾਂ ਨਹੀਂ ਦੁਖਦਾ ਦਿਲ, ਕਿਉਂਕਿ ਕਈ ਵਾਰੀ ਵੀਰ ਕਈ ਮੈਨੂੰ ਸੁਣ ਲੱਗ ਪੈਂਦੇ ਨੇ ਪਿੰਡਾਂ 'ਚ ਖੜ ਕੇ, ਗੁਰਦੁਆਰਾ ਸਾਹਿਬ ਦੇ ਵਿੱਚ ਕਈ ਧਾਰਮਿਕ ਗੀਤ ਮੇਰੇ ਤੋਂ ਸੁਣਦੇ ਆ ਬਾਬੇ, ਮੈਨੂੰ ਬਹੁਤ ਪਿਆਰ ਕਰਦੇ, ਫਿਰ ਮੈਨੂੰ ਬਹੁਤ ਮਜ਼ਾ ਆਉਂਦਾ ਵਾ।
ਮੈਨੂੰ ਇਹ ਚੀਜ਼ ਨਾਲ ਨਹੀਂ ਮਤਲਬ ਹੁੰਦਾ ਵੀ ਉਹ ਮੈਨੂੰ ਪੈਸੇ ਦੇਣਗੇ, ਨਾ ਨਾ ਪੈਸੇ ਨਹੀਂ, ਮੈਨੂੰ ਇਹਨਾਂ ਵੀ ਉਹ ਖੁਸ਼ ਹੋ ਰਿਹਾ, ਮੈਨੂੰ ਪਿਆਰ ਕਰਨ ਡੇ, ਮੇਰਾ ਇੱਜ਼ਤ ਮਾਣ ਕਰਨ ਡਿਆ, ਬਸ ਮੈਨੂੰ ਇਹ ਵੱਲ ਦੀ ਗੱਲ ਦੀ ਬੜੀ ਖੁਸ਼ੀ ਹੁੰਦੀ ਆ। ਜਦੋਂ ਤੁਸੀਂ ਗਲੀਆਂ ਦੇ ਵਿੱਚ ਬਲਬ ਵੇਚਣ ਜਾਂਦੇ ਹੋ ਕਿ ਤੁਹਾਨੂੰ ਕੋਈ ਜਾਣਦਾ ਵੀ ਹੈ ਉੱਥੇ, ਜਿੱਦਾਂ ਤੁਸੀਂ ਕਹਿੰਦੇ ਕਿ ਮੈਨੂੰ ਗਾਣੇ ਸੁਣਦੇ ਆ ਮੇਰੇ ਕੋਲੋਂ ਗਲੀਆਂ 'ਚ ਖੜ ਕੇ ਕਿ ਮੈਨੂੰ ਗਾਣਾ ਸੁਣਾਓ ਇੱਦਾਂ, ਅਤੇ ਤੁਹਾਨੂੰ ਇੱਦਾਂ ਬਹੁਤ ਵਾਰੀ ਦਾ, ਕਈ ਵਾਰੀ ਬਲਬ ਵੇਚਣ ਡੇ ਹੁੰਦੇ ਆ, ਕਈ ਵਾਰੀ ਕਈਆਂ ਵੀਰਾਂ ਨੇ ਵਾਇਸ ਆਫ ਪੰਜਾਬ 'ਚ ਵੇਖਿਆ ਦਾ, ਉਹ ਕਹੇ ਫਿਰ ਕਹਿਣਗੇ ਯਾਰ ਤੂੰ ਉਹੀ ਮੁੰਡਾ ਨਹੀਂ ਜਿਹੜਾ ਵਾਇਸ ਆਫ ਪੰਜਾਬ 'ਚ ਮਤਾ, ਮੈਂ ਕਿਹਾ ਹਾਂ ਵੀਰੇ ਉਹੀ, ਕਹਿੰਦੇ ਯਾਰ ਕੀ ਕਰਨ ਡਿਆ, ਮੈਂ ਕਿਹਾ ਸਭ ਉਹਦੇ ਖੇਲ ਆ ਯਾਰ, ਕਹਿੰਦੇ ਆਓ ਭਾਅ ਜੀ ਤੈਨੂੰ ਚਾਹ ਪੈ ਗਈ, ਫਿਰ ਫੋਟੋਆਂ ਲੈਣਗੇ ਮੇਰੀਆਂ, ਫਿਰ ਬੜੀ ਖੁਸ਼ੀ ਹੁੰਦੀ ਮਨ 'ਚ, ਪੈਰ ਨਹੀਂ ਲੱਗਦੇ ਹੁੰਦੇ ਥੱਲੇ ਵੀ ਯਾਰ ਮੈਨੂੰ, ਮੈਂ ਇੱਕ ਝੋਲਾ ਜਿਹਾ ਫੜਿਆ ਵਾ ਅਤੇ ਐਲ ਈ ਡੀ ਬਲਬ ਵੇਚਣ ਡਿਆ ਵਾਂ, ਅਤੇ ਫਿਰ ਵੀ ਮੈਨੂੰ ਜੱਫੀਆਂ ਪਾ ਪਾ ਕੇ ਕਿਤਨਾ ਫੋਟੋਆਂ ਲਵਾਉਂਦੇ, ਕਿੰਨੇ ਖੁਸ਼ ਹੁੰਦੇ ਮੇਰੀ ਗਾਇਕੀ ਨੂੰ ਪਿਆਰ ਕਰਨ ਡਿਆ, ਪਰ ਬੜੀ ਖੁਸ਼ੀ ਵੀ ਸੱਚਾ ਪਾਤਸ਼ਾਹ ਇਹ ਵੀ ਤੇਰੀ ਇੱਕ ਲੀਲਾ ਵਾ, ਚੱਲ ਜਿੱਦਾਂ ਤੈਨੂੰ ਮਨਜ਼ੂਰ ਉੱਦਾਂ ਹੀ ਚੱਲਣ ਦੇ ਫਿਰ ਕੰਮ। ਦੁਨੀਆਂਦਾਰ ਤੋਂ ਧਾਰਮਿਕ ਗੀਤਾਂ ਨੂੰ ਲੈ ਕੇ ਬਹੁਤ ਪ੍ਰਭਾਵਿਤ ਹੁੰਦੀ ਹੈ, ਕੁਛ ਉਹਦੀਆਂ ਚੰਨ ਲੈਣਾ ਹੋ ਜਾਣ। ਹਾਂ ਮੈਂ ਗੀਤ ਸੁਣਾਉਣਾ ਧਾਰਮਿਕ, ਪਰ ਉਸ ਰੱਬ ਨੂੰ ਯਾਦ ਕਰਨ ਤੋਂ ਪਹਿਲਾਂ ਮੈਂ ਆਪਣਾ ਸਿਰ ਢੱਕ ਲਾਂ, ਕਿਉਂਕਿ ਅੱਜ ਤੱਕ ਮੈਨੂੰ ਕਦੀ ਵੀ ਕਿਸੇ ਨੇ ਸੁਣਿਆ ਵੀ ਯੂਟਿਊਬ 'ਤੇ ਜਾਂ ਸਟੇਜ 'ਤੇ ਕਿਤੇ ਵੀ ਧਾਰਮਿਕ ਗਾਉਂਦਿਆਂ, ਮੈਂ ਰੁਮਾਲ ਬੰਨਣ ਤੋਂ ਬਗੈਰ ਨਹੀਂ ਗਾਉਂਦਾ ਹੁੰਦਾ। ਜੇ ਆਪਾਂ ਸਤਿਕਾਰ ਕਰਾਂਗੇ ਜਿਨ੍ਹਾਂ ਸਾਡੇ ਵਾਸਤੇ ਇੰਨੀਆਂ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਸਾਨੂੰ ਸਿਰ ਉੱਚਾ ਚੁੱਕ ਕੇ ਦੁਨੀਆਂ ਦੇ ਵਿੱਚ ਜੀਣਾ ਬਖਸ਼ਿਆ ਵਾ, ਉਹਨਾਂ ਦਾ ਫਿਰ ਸਤਿਕਾਰ ਦੇ ਨਾਲ ਨਾਂ ਜਿਹੜਾ ਲੈਣਾ ਵਾ, ਉਹਦੇ ਵਿੱਚ ਕੋਈ ਜ਼ਿੰਦਗੀ ਦਾ ਮਜ਼ਾ ਹੀ ਕੁਛ ਹੋਰ ਆ। ਇਹ ਮੈਂ ਗੀਤ ਸੁਣਾਉਣ ਲੱਗਾ ਜੌਲ ਬਿਧੀਪੁਰ ਵਾਲੇ ਦੀ ਕਲਮ ਦਾ ਗੀਤ, ਜਿਹਨੇ ਪੱਤਾ ਪੱਤਾ ਸਿੰਘਾਂ ਦਾ ਕੈਸਟ ਲਿਖੀ ਸੀ ਹੰਸ ਰਾਜੀ ਦੀ, ਉਹਨਾਂ ਦੀ ਕਲਮ ਦਾ ਗੀਤ, ਉਹਨੇ ਤਿੰਨ ਚਾਰ ਗੀਤ ਦਿੱਤੇ ਆ, ਬੜਾ ਪਿਆਰ ਕਰਦੇ ਮੇਰੇ ਨਾਲ ਜੌਲ ਬਿਧੀਪੁਰ ਵਾਲੇ। ਉਹਨਾਂ ਦੀ ਵਰਲਡਿੰਗ ਦਾ ਗੀਤ ਜਦੋਂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਆਪਣੇ ਸਾਹਿਬਜ਼ਾਦੇ ਜੁਝਾਰ ਸਿੰਘ ਜੀ ਨੂੰ ਜੰਗ ਦੇ ਵੇਲੇ ਭੇਜਣ ਲੱਗਦੇ ਨੇ, ਅਤੇ ਉਹਨਾਂ ਨੇ ਜੌਲ ਬਿਧੀਪੁਰ ਵਾਲੇ ਨੇ ਉਹ ਕਲਮ ਬੰਦ ਕੀਤਾ, ਗੀਤ ਸੁਣਾਉਣ ਲੱਗਾ। ਇਸ ਤੋਂ ਇਲਾਵਾ ਸਰ ਤੁਹਾਡੇ ਜੋ ਬਹੁਤ ਹੀ ਦਿਲ ਦੇ ਕਰੀਬ ਹੋਵੇ ਗੀਤ, ਧਾਰਮਿਕ ਗੀਤ? ਹਾਂ ਸਭ ਤੋਂ ਜ਼ਿਆਦਾ ਮੈਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੀਤ ਸਟੇਜ 'ਤੇ ਗਾਉਣਾ ਵਾ, ਅਮਰ ਸਿੰਘ ਚਮਕੀਲਾ ਜੀ ਦਾ ਗਾਇਆ ਗੀਤ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ। ਆਓ ਜਬਰ ਜ਼ੁਲਮ ਦੀ ਜ਼ਾਲਮਾਂ ਨੇ ਹੱਦ ਮਕਾਈ, ਹੋਏ ਪਿਆਸੇ ਖੂਨ ਦੇ ਬਈ ਭਾਈ ਭਾਈ, ਉਹ ਕੀਤੀ ਇਲਤ ਫਰੰਗੀਆਂ ਕੀ ਵਰਤਿਆ ਪਹਾੜਾ, ਸਾਥੋਂ ਬਾਬਾ ਖੋਲਿਆ ਤੇਰਾ ਨਣਕਾਰਾ, ਸਾਥੋਂ ਬਾਬਾ ਖੋਲਿਆ ਤੇਰਾ ਨਣਕਾਰਾ, ਉਹ ਇੱਥੇ ਭਾਈ ਬਣ ਗਏ ਨੇ ਭਾਈਆਂ ਦੇ ਵੈਰੀ, ਕੌਡੇ ਰਾਕਸ਼ ਜੰਮ ਪੈ ਕਈ ਵਾਰੀ ਕੰਧਾਰੀ, ਉਹ ਚੋਰਾਂ ਨੇ ਗਲ ਪਾਲਿਆ ਸਾਦਾ ਦਾ ਬਾਣਾ, ਸਾਥੋਂ ਬਾਬਾ ਖੋਲਿਆ ਤੇਰਾ ਨਣਕਾਰਾ, ਉਹ ਸਾਥੋਂ ਬਾਬਾ ਖੋਲਿਆ ਤੇਰਾ ਨਣਕਾਰਾ। ਬਹੁਤ ਵਧੀਆ ਸਰ, ਬਹੁਤ ਵਧੀਆ। ਜਿੱਦਾਂ ਸਰ ਅੱਜ ਕੱਲ੍ਹ ਲੋਕ ਜਿੱਦਾਂ ਜਿਹੜੇ ਸਿੰਗਰ ਆ ਅੱਜ ਕੱਲ੍ਹ ਦੇ, ਉਹ ਆਪਣੀ ਕਲਮ ਦਾ ਗਾਇਆ ਹੋਇਆ ਹੀ ਪਸੰਦ ਕਰਦੇ ਨੇ,
ਤੁਹਾਨੂੰ ਨਹੀਂ ਲੱਗਦਾ ਕਿ ਮੈਨੂੰ ਵੀ ਲਿਖਣਾ ਚਾਹੀਦਾ ਹੈ ਅਤੇ ਮੈਨੂੰ ਆਪਣੀ ਕਲਮ ਦਾ ਹੀ ਜਿਹੜਾ ਗੀਤ ਆ ਉਹ ਗਾਉਣਾ ਚਾਹੀਦਾ ਹੈ, ਨਾ ਕਿ ਲੋਕਾਂ ਦੇ ਭਰੋਸੇ ਰਹਿਣਾ ਚਾਹੀਦਾ ਹੈ ਮੈਨੂੰ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਲਿਖਣ ਵਾਲੇ ਗੀਤ ਵੀ ਲਿਖਣ ਵਾਲੇ ਵੀਰ ਵੀ ਬੜਾ ਬੜਾ ਸੋਹਣਾ ਲਿਖ ਦਿੰਦੇ ਨੇ, ਇੰਨੀਆਂ ਸੋਹਣੀਆਂ ਕਲਮਾਂ ਨੇ ਸਦਾ ਜਿਉਂਦੀਆਂ ਰਹਿਣ ਵਾਲੀਆਂ, ਪਰ ਉਹਨਾਂ 'ਤੇ ਆਪਾਂ ਧਿਆਨ ਨਹੀਂ ਦੇ ਰਹੇ। ਅਫਸੋਸ ਇਸ ਗੱਲ ਦਾ ਵਾ, ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵਾ। ਜਿੱਥੋਂ ਤੱਕ ਮੈਂ ਕਦੀ ਸੋਚਿਆ ਵੀ ਨਹੀਂ ਹੋ ਸਕਦਾ, ਉਹੋ ਜਿਹੀ ਕਲਮ ਦੇ ਗੀਤ ਬੜੇ ਬੜੇ ਸੋਹਣੇ ਲਿਖੇ ਗਏ ਆ। ਇੱਕ ਮੇਰਾ ਦੋਸਤ ਆ ਨਿਸ਼ਾਨ ਸਿੰਘ ਭਾਅ ਜੀ ਝਬਾਲ ਤੋਂ, ਉਹਨਾਂ ਦੀ ਕਲਮ ਦਾ ਗੀਤ ਲਿਖਿਆ ਵਾ, ਉਹਦੇ ਮੈਂ ਦੋ ਵਾਰੇ ਗਾਉਣ ਲੱਗਾ, ਮੈਸੇਜ ਗੀਤ ਆ, ਬੜੇ ਧਿਆਨ ਦੇ ਨਾਲ ਸੁਣਿਓ। ਉਹ ਗੀਤ ਹੈਗਾ, ਇੱਥੇ ਬਾਬਲ ਸੀਨੇ ਗੋਲੀਏ ਜੋ ਕਰੇ ਹਿਫਾਜ਼ਤ ਧੀਆਂ ਦੀ, ਫਿਰ ਕੀ ਜ਼ਿੰਦਗੀ ਰਹਿ ਜਾਂਦੀ ਏ ਘਰ ਦੇ ਬਾਕੀ ਜੀਆਂ ਦੀ, ਬਾਬਲ ਦਾ ਮੈਂ ਬੋਝ ਮੰਡਾਉਣਾ ਉਹ ਧੀ ਸੋਚੇ ਕਿਉਂ ਖਾਂਬ ਲਿਆ, ਲੱਗਦਾ ਨਹੀਂ ਹੁਣ ਬਚ ਜਾਵੇਗਾ ਜਿਹੜੇ ਰਹੇ ਪੰਜਾਬ ਪਿਆ, ਲੱਗਦਾ ਨਹੀਂ ਹੁਣ ਬਚ ਜਾਵੇਗਾ ਜਿਹੜੇ ਰਹੇ ਪੰਜਾਬ ਪਿਆ, ਉਹ ਪਿੰਡ ਸੈਰ ਸਭ ਕਸਬੇ ਡੋਬੇ ਨਸ਼ਿਆਂ ਦੇ ਦਰਿਆਵਾਂ ਨੇ, ਹੱਥਾਂ ਦੇ ਨਾਲ ਬੋੜ ਛਾਂਗ ਤੇ ਲੱਭ ਰਹੇ ਹੁਣ ਛਾਵਾਂ ਨੇ, ਉਹ ਤਲਵਾਰ ਜੰਗਾਲੀ ਜਾ ਚੁੱਕੀ ਏ ਟੁੱਟਾ ਕਿਤੇ ਰਬਾਬ ਪਿਆ, ਲੱਗਦਾ ਨਹੀਂ ਜੇ ਬਚ ਜਾਵੇਗਾ ਜਿਹੜੇ ਰਹੇ ਪੰਜਾਬ ਪਿਆ, ਉਹ ਫਿਕਰ ਤੇਰੀ ਦੱਸ ਕੌਣ ਕਰੇ ਸਭ ਫਿਰਦੇ ਸੱਤਾ ਭੋਗਣ ਨੂੰ, ਉਹ ਕਿਹੜਾ ਕਰੇ ਟਕੋਰਾ ਆ ਕੇ ਧਰਤੀ ਤੇਰੀ ਰੋਗਣ ਨੂੰ, ਉਹ ਕਈ ਮੱਸੇ ਰੰਗੜ ਜਾਗ ਪਏ ਸੁੱਤਾ ਕਿਤੇ ਮਤਾਬ ਪਿਆ, ਲੱਗਦਾ ਨਹੀਂ ਜੇ ਬਚ ਜਾਵੇਗਾ ਜਿਹੜੇ ਰਹੇ ਪੰਜਾਬ ਪਿਆ। ਤੁਹਾਨੂੰ ਦੇਖ ਰਹੇ ਸਰੋਤਿਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਕੀ ਤੁਹਾਨੂੰ ਤੁਸੀਂ ਕਹਿਣਾ ਚਾਹੋਗੇ ਉਹਨਾਂ ਨੂੰ ਆਪਣੇ ਦਿਲੋਂ? ਮੈਂ ਉਹਨਾਂ ਨੂੰ ਦਿਲੋਂ ਸਲੂਟ ਕਰਦਾ ਹੈ ਅਤੇ ਮੈਂ ਇਹੋ ਹੀ ਕਹੂੰਗਾ ਵੀ ਮੇਰੇ ਵੀਰੋ, ਗੁਰਬੀਰ ਰਾਣਾ ਜਿਸ ਤਰ੍ਹਾਂ ਦਾ ਵੀ ਗਾ ਰਿਹਾ ਵਾ ਉਹਦਾ ਕਬੂਲ ਕਰਿਓ, ਅਤੇ ਮੇਰੇ ਵੀਰ ਆਪਣੇ ਦੇਸ਼ ਬਾਰੇ ਆਪਣੇ ਪੰਜਾਬ ਬਾਰੇ ਜ਼ਰੂਰ ਸੋਚਿਓ ਕਿ ਪੰਜਾਬ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਿਆ ਪਿਆ, ਇਹਨੂੰ ਭ੍ਰਿਸ਼ਟਾਚਾਰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੀਏ, ਆਪਾਂ ਸੱਭਿਆਚਾਰ ਨੂੰ ਜਾਗਰਿਤ ਕਰੀਏ ਤਾਂ ਕਿ ਕੁਝ ਲੋਕ ਜਿਹੜੇ ਆਪਣੇ ਨਾਲ ਜੁੜ ਸਕਣ, ਆਪਣੇ ਨਾਲ ਪਿਆਰ ਕਰਨ ਅਤੇ ਸੱਭਿਆਚਾਰ ਨੂੰ ਮੁੱਖ ਰੱਖ ਕੇ ਹਰ ਇੱਕ ਦੀ ਇੱਜ਼ਤ ਮਾਣ ਕਰਨੀ ਸ਼ੁਰੂ ਕਰ ਦੇਣ। ਅਤੇ ਆਖਰ 'ਤੇ ਮੈਂ ਗੀਤ ਕਹਿਣ ਜਾ ਰਿਹਾ ਵਾਂ, ਆਪਣੀ ਗਰੀਬੀ ਦਾ ਹੀ ਗੀਤ ਲਿਖਿਆ ਗਾਉਣ ਜਾ ਰਿਹਾ, ਜਿਹੜਾ ਮੈਂ ਤਕਰੀਬਨ ਹੀ ਸੁੱਤਾ ਪਿਆ ਵੀ ਕਈ ਵਾਰ ਗਾਉਂਦਾ ਰਹਿੰਦਾ ਵਾਂ, ਸੋਚਦਾ ਰਹਿੰਦਾ ਵੀ ਸੱਚਾ ਪਾਤਸ਼ਾਹ ਹਰ ਇੱਕ ਦਾ ਭਲਾ ਕਰੀ ਅਤੇ ਗਰੀਬੀ ਦੀ ਦਲਦਲ ਦੇ ਵਿੱਚ ਕਿਸੇ ਨੂੰ ਫਸਣ ਨਾ ਦੇਈ। ਮੈਂ ਤਾਂ ਇਹੋ ਕਹੂੰਗਾ ਕਿਉਂਕਿ ਬਹੁਤ ਸਮਾਂ ਸਾਡੇ ਦਾਦਿਆਂ ਪੜਦਾਦਿਆਂ ਨੇ ਵੀ ਇਸ ਦਲਦਲ ਦੇ ਵਿੱਚ ਨਿਗਾਤਾ, ਸਾਡੀ ਮਾਂ ਨੇ ਵੀ ਸਾਰੀ ਜ਼ਿੰਦਗੀ ਬਿਤਾ ਦਿੱਤੀ ਆ, ਅਤੇ ਹੁਣ ਸਾਨੂੰ ਕਿਤੇ ਮੌਕਾ ਦੇ ਦੇ ਵੀ ਅਸੀਂ ਇਹ ਦਲਦਲ 'ਚੋਂ ਨਿਕਲ ਜਾਈਏ। ਅਤੇ ਗੀਤ ਸੁਣਿਓ, ਉਹ ਚੜਕ 'ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਵੇਖੋ, ਉਹ ਰੰਗ ਬਰੰਗੇ ਖਾਣੇ ਦੇਸ਼ ਗਦਾਰਾਂ ਨੂੰ ਵੇਖੋ, ਸੜਕ 'ਤੇ ਰੋੜੀ ਕੁੱਟ ਰਹੀਆਂ ਮਟਿਆਰਾਂ ਨੂੰ ਵੇਖੋ, ਹੋ ਚੋਲੀ ਦੇ ਵਿੱਚ ਰੋ ਰੋ ਬਚੜਾ ਤਰਲੇ ਪਾਉਂਦਾ ਏ, ਲੈ ਚੱਲੇ ਅੰਮੀਏ ਸ਼ਾਮੇ ਗੀਤ ਦੁੱਖਾਂ ਦੇ ਗਾਉਂਦਾ ਏ, ਸ਼ਿਮਲੇ ਦੇ ਵਿੱਚ ਬੱਚਿਆਂ ਸੰਗ
ਪਰਿਵਾਰਾਂ ਨੂੰ ਵੇਖੋ ਸੜਕ 'ਤੇ ਰੋੜੀ ਕੁੱਟ ਰਹੀਆਂ, ਮਟਿਆਰਾਂ ਨੂੰ ਵੇਖੋ ਸੜਕ 'ਤੇ ਰੋੜੀ ਕੁੱਟ ਰਹੀਆਂ, ਮਟਿਆਰਾਂ ਨੂੰ ਵੇਖੋ। ਹੋ ਪੇੜ ਦੀ ਖਾਤਰ ਵਿੱਚ ਬਜ਼ਾਰੀ ਨੱਚਣਾ ਪੈਂਦਾ ਏ, ਜਿਸਮ ਦੇ ਹਰ ਇੱਕ ਟੁਕੜੇ ਤਾਈਂ ਵਿਕਣਾ ਪੈਂਦਾ ਏ। ਮੈਲੀ ਰੰਗ ਮਨਾ ਰਹੀਆਂ ਗੁਲਜ਼ਾਰਾਂ ਨੂੰ ਵੇਖੋ, ਸੜਕ 'ਤੇ ਰੋੜੀ ਕੁੱਟ ਰਹੀਆਂ, ਮਟਿਆਰਾਂ ਨੂੰ ਵੇਖੋ। ਸੜਕ 'ਤੇ ਰੋੜੀ ਕੁੱਟ ਰਹੀਆਂ, ਮਟਿਆਰਾਂ ਨੂੰ ਵੇਖੋ। ਹੋ ਸ਼ਿਗਰਦ ਪੈਰੇ ਸੜਕ ਕਿਨਾਰੇ ਪੁੱਜ ਰਹੀ ਬੋਟੀ ਏ, ਫਿਰ ਵੀ ਪੇਟ ਭਰੇ ਨਾ ਮਿਲਦੀ ਰਜਵੀ ਰੋਟੀ ਏ। ਰੰਗ ਬਿਰੰਗੇ ਖਾਣੇ ਉਦੇਸ਼ ਗਦਾਰਾਂ ਨੂੰ ਵੇਖੋ, ਸੜਕ 'ਤੇ ਰੋੜੀ ਕੁੱਟ ਰਹੀਆਂ, ਮਟਿਆਰਾਂ। इस चैनल पर चल रहे मुद्दों पर अपने विचार देने के लिए कमेंट करें और अपडेट रहने के लिए चैनल को लाइक एंड सब्सक्राइब करें। और हाँ, बेल आइकन दबाना ना भूलें।